ਸਤਿ ਸ਼੍ਰੀ ਅਕਾਲ ਮੇਰੇ ਦੋਸਤੋ, ਕੀ ਹਾਲ ਨੇ ਜੀ? ਉਮੀਦ ਕਰਾਂ ਬਿਲਕੁਲ ਠੀਕ ਹੋਵੋਗੇ। ਅੱਜ ਬੱਚੋ ਤੁਹਾਡੇ ਵਾਸਤੇ ਲੈ ਕੇ ਆਇਆ ਗਾ ਮੈਂ ਕਰੰਟ ਅਫੇਅਰ, ਠੀਕ ਹੈ ਜੀ। 16 ਜੂਨ ਤੋਂ ਲੈ ਕੇ ਇਹ 20 ਜੂਨ ਤੱਕ ਆਪਣੇ ਕਰੰਟ ਅਫੇਅਰ ਹੈ। ਇਸ ਤੋਂ ਬਾਅਦ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਹੋ ਸਕਦਾ ਕਿ 21 ਤੋਂ ਲੈ ਕੇ 30 ਜੂਨ ਤੱਕ ਦੇ ਮੈਂ ਇਕੱਠੀ ਕਰੰਟ ਅਫੇਅਰ ਕਰਦਾ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਨੇੜੇ ਨੇੜੇ ਜਦੋਂ ਪਹੁੰਚ ਕੇ ਦੁਬਾਰਾ ਆਪਾਂ ਡੇਲੀ ਕਰੰਟ ਅਫੇਅਰ ਲਾਇਆ ਕਰਾਂਗੇ, ਓਕੇ। ਅਤੇ ਬਾਕੀ ਜਿਹੜੇ ਤੁਹਾਨੂੰ ਪਤਾ ਹੋਣਾ ਕਿ ਜਿੰਨੇ ਵੀ ਪੇਪਰ ਹੋਏ ਆ ਹੁਣ ਤੱਕ, ਪੰਜਾਬ ਪੁਲਿਸ ਦੇ ਹੋਏ ਆ, ਕਲਰਕ ਦੇ ਹੋਏ, ਜਿੰਨੇ ਵੀ ਹੋਏ, ਉਹਦੇ ਵਿੱਚ ਆਪਣੇ ਕਰੰਟ ਅਫੇਅਰ ਸੇਮ ਟੂ ਸੇਮ ਹੀ ਪਏ ਸੀ, ਠੀਕ ਹੈ। ਕੋਈ ਇੱਕ ਵੀ ਬਾਹਰੋਂ ਨਹੀਂ ਆਇਆ ਸੀ, ਠੀਕ ਹੈ ਜੀ। ਅਤੇ ਉਸ ਹਿਸਾਬ 'ਤੇ ਆਪਣੀ ਵੀਡੀਓ ਆਪਣੀ ਤਿਆਰੀ ਕਰਦੇ ਰਹੋ ਬੱਚਿਓ, ਠੀਕ ਹੈ ਜੀ। ਚਲੋ ਆਪਾਂ ਚੱਲਦੇ ਹਾਂ ਜੀ, ਪਹਿਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਪਹਿਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ? ਪਹਿਲੇ ਪ੍ਰਸ਼ਨ ਦੇ ਵਿੱਚ ਕਿਹਾ ਜਾ ਰਿਹਾ ਹੈਗਾ, ਕਹਿੰਦੇ ਰੀਸੈਂਟਲੀ ਹੂ ਬ੍ਰੋਕ ਦਾ ਨੈਸ਼ਨਲ ਰਿਕਾਰਡ ਇਨ ਵੂਮੈਨ ਇਜ ਟ੍ਰਿਪਲ ਜੰਪ ਐਟ ਨੈਸ਼ਨਲ ਇੰਟਰ ਸਟੇਟ ਐਥਲੈਟਿਕ ਮੀਟ। ਇਹ ਟ੍ਰਿਪਲ ਜੰਪ ਕੀ ਹੁੰਦਾ ਬੱਚਿਓ? ਜਦੋਂ ਆਪਾਂ ਜੰਪ ਲਾਉਣੇ ਹੁੰਦੇ ਨਾ, ਜਿਵੇਂ ਇੱਕ ਤਾਂ ਆਪਾਂ ਜੰਪ ਲਾਉਣੇ ਹੁੰਦੇ ਨੋਰਮਲ, ਜਿਵੇਂ ਪੁਲਿਸ ਭਰਤੀ ਦੇ ਵਿੱਚ ਆਪਾਂ ਜੰਪ ਲਾਉਣ ਜਾਂਦੇ ਹੁੰਦੇ, ਆਪਣੀ ਸਿੱਧੀ ਜੰਪ ਲਾ ਲਾਉਂਦੇ ਆ। ਇੱਕ ਮਤਲਬ ਪਹਿਲਾਂ ਇੱਕ ਜੰਪ ਚੱਕਣੀ ਹੈ, ਫਿਰ ਦੂਸਰੀ, ਫਿਰ ਤੀਸਰੀ, ਇਸ ਤਰ੍ਹਾਂ ਜੰਪ ਚੱਕਣੀ ਹੁੰਦੀ ਹੈ, ਫਿਰ ਜਾ ਕੇ ਲੌਂਗ ਜੰਪ ਲਾਉਣੀ ਹੁੰਦੀ ਹੈ, ਠੀਕ ਹੈ ਜੀ। ਉਹਦੇ ਵਿੱਚ ਉਹਦੀ ਗੱਲ ਕਰ ਰਹੇ ਆ ਬੱਚੋ, ਇਹਦੇ ਵਿੱਚ ਕੀ ਰਿਕਾਰਡ ਜਿੱਤੀ ਹੈ? ਇਹਦੇ ਵਿੱਚ ਜਿੱਤੀ ਆਪਣੀ ਐਸ਼ਵਰੀਆ ਬਾਬੂ, ਠੀਕ ਹੈ ਜੀ। ਐਸ਼ਵਰੀਆ ਬਾਬੂ ਆ ਜਿਹੜੀ, ਅਤੇ ਇਹਨੂੰ ਇਹ ਅਵਾਰਡ ਮਿਲਿਆ ਬੱਚੋ। ਬਹੁਤ ਜ਼ਿਆਦਾ ਇੰਪੋਰਟੈਂਟ ਇਹ ਪ੍ਰਸ਼ਨ ਹੈਗਾ ਅਤੇ ਜ਼ਰੂਰ ਸਾਰੇ ਬੱਚਿਆਂ ਨੇ ਕਰ ਲੈਣਾ ਹੈਗਾ, ਠੀਕ ਹੈ ਜੀ। ਇਹ ਜਿਹੜਾ ਹੋਇਆ ਬੱਚੋ ਇਹ ਆਪਣਾ, ਠੀਕ ਹੈ ਜੀ, ਇਹ ਨੈਸ਼ਨਲ ਇੰਟਰ ਸਟੇਟ ਐਥਲੈਟਿਕ ਮੀਟ ਸਿੱਧਾ ਪੁੱਛ ਸਕਦੇ ਕਿਹੜੀ ਜਗ੍ਹਾ ਦੇ ਵਿੱਚ ਹੋਇਆ? ਤੁਸੀਂ ਕਹਿੰਦਾ ਚੇਨਈ ਦੇ ਵਿੱਚ ਹੋਇਆ, ਠੀਕ ਹੈ ਜੀ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ, ਕੀ ਕਹਿ ਰਹੇ ਨੇ? ਕਹਿੰਦੇ ਹਾਲ ਹੀ ਦੇ ਵਿੱਚ ਕਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਈ ਗਵਰਨੈਂਸ ਸੇਵਾ ਪ੍ਰਦਾਨ ਕਰਨ ਵਿੱਚ ਸਿਖਰ 'ਤੇ ਹੈ? ਈ ਗਵਰਨੈਂਸ ਸੇਵਾ ਕੀ ਹੁੰਦੀ ਹੈ? ਸਭ ਤੋਂ ਪਹਿਲਾਂ ਤਾਂ ਇਹ ਦੱਸਦਾ ਤੁਹਾਨੂੰ ਮੈਂ, ਈ ਗਵਰਨੈਂਸ ਸੇਵਾ ਇਹ ਹੁੰਦੀ ਹੈ ਬੱਚੋ, ਕਿਤੇ ਵੀ ਮਤਲਬ ਆਪਣੀ ਸਟੇਟ ਆ ਜਿਹੜੀ, ਇਹ ਪੰਜਾਬ ਸਟੇਟ ਹੈ, ਇੱਥੇ ਆਪਾਂ ਆਧਾਰ ਕਾਰਡ ਬਣਾਉਣਾ ਉਹ ਵੀ ਵਧੀਆ ਟਾਈਮ 'ਤੇ ਬਣ ਜਾਂਦਾ, ਇੱਥੇ ਕੋਈ ਸਰਟੀਫਿਕੇਟ ਬਣਾਉਣਾ ਉਹ ਵੀ ਵਧੀਆ ਟਾਈਮ 'ਤੇ ਬਣ ਜਾਂਦਾ, ਠੀਕ ਹੈ ਜੀ। ਕੋਈ ਵੀ ਆਪਾਂ ਸਰਕਾਰੀ ਸੁਵਿਧਾ ਲੈਣੀ ਹੈਗੀ, ਠੀਕ ਹੈ ਜੀ, ਮਤਲਬ ਪਾਸਪੋਰਟ ਬਣਾਉਣਾ, ਕੋਈ ਵੀ ਜਿਹੜਾ ਆਪਣੇ ਸਰਕਾਰੀ ਮਤਲਬ ਕਾਗਜ਼ਾਂ ਪੱਤਰਾਂ ਨਾਲ ਜੁੜੇ ਹੋਏ ਕੰਮ ਹੈ, ਜਿਹੜੇ ਆਪਣੇ ਬਹੁਤ ਵਧੀਆ ਢੰਗ ਨਾਲ ਹੁੰਦੇ ਆ, ਠੀਕ ਹੈ ਜੀ, ਅਤੇ ਸਰਕਾਰ ਉਹਦੇ ਵਿੱਚ ਵਧੀਆ ਸਹਿਯੋਗ ਦਿੰਦੀ ਹੈ, ਉਹ ਚੀਜ਼ ਦੀ ਗੱਲ ਹੁੰਦੀ ਹੈ ਈ ਗਵਰਨੈਂਸ ਦੇ ਵਿੱਚ। ਈ ਦਾ ਮਤਲਬ ਜਿਹਦੇ ਮੂਹਰੇ ਵੀ ਈ ਲੱਗ ਗਿਆ ਉਹਦਾ ਮਤਲਬ ਹੁੰਦਾ ਇਲੈਕਟ੍ਰੋਨਿਕ, ਕਿ ਇਹ ਚੀਜ਼ ਕੰਪਿਊਟਰ ਦੇ ਵਿੱਚ ਕੰਮ ਆਊਗੀ, ਠੀਕ ਹੈ ਜੀ। ਅਤੇ ਸੇਵਾ ਪ੍ਰਦਾਨ ਸਭ ਤੋਂ ਵਧੀਆ ਕਿਹੜਾ ਬੱਚੋ? ਕੇਂਦਰ ਸ਼ਾਸਿਤ ਪ੍ਰਦੇਸ਼ ਜਿਹਦੇ ਮਤਲਬ ਇਹ ਸਭ ਤੋਂ ਵਧੀਆ ਸੇਵਾ ਪ੍ਰਦਾਨ ਕੀਤੀ ਗਈ ਹੈ, ਇਹ ਕੀਤੀ ਗਈ ਹੈ ਜੰਮੂ ਕਸ਼ਮੀਰ ਦੇ ਵਿੱਚ। ਡੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈ, ਇਸ ਨੂੰ ਪੇਪਰ ਦੇ ਵਿੱਚ 101% ਮਿਲੂਗਾ, ਕਿਉਂਕਿ ਪਿਛਲੀ ਵਾਰ ਨੇ ਲੱਦਾਖ ਅਤੇ ਜੰਮੂ ਕਸ਼ਮੀਰ ਵਾਲੇ ਕਰੰਟ ਅਫੇਅਰ ਬਹੁਤ ਜ਼ਿਆਦਾ ਪਾਏ ਸੀ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ, ਕਹਿੰਦੇ ਟੂ ਟਾਈਮਸ ਓਲੰਪੀਅਨ, ਦੋ ਟਾਈਮ ਇਹ ਬੰਦਾ ਓਲੰਪੀਅਨ ਰਿਹਾ ਜਿਹਦਾ ਨਾਮ ਸੀ ਹਰੀਚੰਦ, ਇਹਦੀ ਡੈਥ ਹੋ ਗਈ, ਇਹ ਕਿਹੜੀ ਖੇਡ ਨਾਲ ਸੰਬੰਧਿਤ ਸੀ? ਤਾਂ ਬੱਚਿਓ ਇਹ ਇੱਕ ਕੀ ਸੀ? ਰਨਰ ਸੀ, ਕਹਿੰਦਾ ਮਤਲਬ ਰਨਿੰਗ ਕਰਦਾ ਸੀ, ਦੌੜਾਕ ਸੀ ਇੱਕ, ਇਹ ਜਿਵੇਂ ਮਿਲਖਾ ਸਿੰਘ ਸੀ ਦੌੜਾਕ, ਉਵੇਂ ਜਿਵੇਂ ਆਪਣਾ ਇਹ ਦੌੜਾਕ ਸੀ, ਠੀਕ ਹੈ ਜੀ। ਤਾਂ ਇਹਨੇ ਗੋਲਡ ਜਿੱਤਿਆ ਹੋਇਆ ਬੱਚਿਓ 1969 ਦੇ ਵਿੱਚ, ਅਤੇ ਇਹਨੇ 5000 ਮੀਟਰ ਦੇ ਵਿੱਚ ਵੀ ਗੋਲਡ ਜਿੱਤਿਆ ਹੋਇਆ, ਅਤੇ ਇਹ ਬੰਦੇ ਨੇ 10000 ਮੀਟਰ ਦੇ ਵਿੱਚ ਵੀ ਗੋਲਡ ਜਿੱਤਿਆ ਹੋਇਆ ਹੈਗਾ। ਵੈਰੀ 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 ਇੰਪੋਰਟੈਂਟ ਲਿਖਿਆ ਹੋਇਆ ਹੈਗਾ ਨਾਲ। ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਆਪਾਂ, ਕਹਿੰਦੇ ਹਾਲ ਹੀ ਦੇ ਵਿੱਚ ਕਿਸ ਸ਼ਹਿਰ ਵਿੱਚ ਪਹਿਲੀ ਵਾਰ ਭਾਰਤੀ EU ਸੁਰੱਖਿਆ, EU ਦਾ ਮਤਲਬ ਹੁੰਦਾ ਯੂਰਪ ਦੇਸ਼ ਆ ਜਿਹੜੇ, ਉਹ ਸਿਕਿਉਰਿਟੀ ਅਤੇ ਡਿਫਰੈਂਸ, ਸਿਕਿਉਰਿਟੀ ਮੈਨੇ ਹੁੰਦਾ ਕਿ ਆਪਾਂ ਨੂੰ ਮਤਲਬ ਜਿਵੇਂ ਹੁਣ ਆਪਣੇ ਨਾਲ ਗਵਾਂਢੀ ਦੇਸ਼ ਚੀਨ ਹੈ, ਪਾਕਿਸਤਾਨ ਹੈ, ਆਪਾਂ ਨੂੰ ਇਹਨਾਂ ਤੋਂ ਖਤਰਾ ਹੋ ਸਕਦਾ ਹੈਗਾ, ਤਾਂ ਉਵੇਂ ਜਿਵੇਂ ਹੀ ਜਿਹੜੀਆਂ ਸਟੇਟਾਂ ਤੋਂ EU ਨੂੰ ਯੂਰਪ ਨੂੰ ਖਤਰਾ ਹੋਊਗਾ, ਯੂਰਪੀਅਨ ਯੂਨੀਅਨ ਨੂੰ, ਤਾਂ ਉਹ ਵਾਸਤੇ ਉਵੇਂ ਜਿਵੇਂ ਉਹ ਆਪਣੀ ਸਿਕਿਉਰਿਟੀ ਲੈਣ ਵਾਸਤੇ ਆਪਾਂ ਨੂੰ ਸਿਕਿਉਰਿਟੀ ਦੇਵਾਂਗੇ, ਲੋੜ ਪੈਣ 'ਤੇ ਆਪਾਂ ਨੂੰ ਸਿਕਿਉਰਿਟੀ ਦੇਣਗੇ, ਉਹਦੇ ਵਾਸਤੇ ਆਪਾਂ ਇੱਕ ਕੀ ਕੀਤੀ ਹੈਗੀ, ਇੱਕ ਮੀਟਿੰਗ ਕੀਤੀ, ਇਹਨਾਂ ਨੇ ਇੱਕ ਸਮਝੌਤਾ ਕੀਤਾ ਹੈਗਾ, ਠੀਕ ਹੈ ਜੀ। ਇਹ ਜਿਹੜਾ ਸਮਝੌਤਾ ਕੀਤਾ ਜਾ, ਇਹ ਜਿਹੜੇ ਆਪਾਂ ਸਲਾਹ ਮਸ਼ਵਰਾ ਕੀਤਾ ਹੈਗਾ, ਇਹ ਕਿੱਥੇ ਆਯੋਜਿਤ ਕੀਤਾ ਗਿਆ? ਆਪਣਾ ਸਿਕਿਉਰਿਟੀ ਨੂੰ ਲੈ ਕੇ ਅਤੇ ਫੌਜ ਨੂੰ ਲੈ ਕੇ EU ਨਾਲ ਕੀਤਾ, ਪਹਿਲੀ ਵਾਰ ਆਪਣੀ ਇਹ ਮੀਟਿੰਗ ਹੋ ਰਹੀ ਹੈ, ਕਿਹੜੀ ਸਿਟੀ ਦੇ ਵਿੱਚ ਹੋ ਰਹੀ ਹੈ? ਤਾਂ ਇਹ ਹੋ ਰਹੀ ਹੈ ਬੱਚੋ ਬਰੂਸਲ ਦੇ ਵਿੱਚ, ਠੀਕ ਹੈ ਜੀ, ਇਹ ਹੋ ਰਹੀ ਹੈ ਬਰੂਸਲ ਦੇ ਵਿੱਚ। ਅਤੇ ਹਾਂ, ਇੱਕ ਗੱਲ ਹੋਰ, ਜਿਹੜਾ EU ਸੀ ਇਹ ਕਦੋਂ ਬਣਿਆ ਸੀ? ਇਹ ਬਣਿਆ ਸੀ 1993 ਦੇ ਵਿੱਚ, ਠੀਕ ਹੈ ਜੀ, 1993 ਦੇ ਵਿੱਚ ਬਣਿਆ ਸੀ। ਬਾਕੀ ਇਹਦੇ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਕਰਾਂਗੇ ਆਪਾਂ ਅੱਗੇ ਜਾ ਕੇ। ਰੀਸੈਂਟਲੀ ਔਨ ਵਿੱਚ ਡੇਟ ਵਰਲਡ ਵਾਰ ਇਲਡਰ ਅਬਿਊਜ਼ ਅਵੇਅਰਨੈਸ ਡੇ, ਇਹ ਕੀ ਹੈ? ਵਿਸ਼ਵ ਬਜ਼ੁਰਗ ਦੁਰਵਿਹਾਰ ਜਾਗਰੂਕਤਾ ਦਿਵਸ ਕਦੋਂ ਮਨਾਇਆ ਜਾਂਦਾ? ਦੇਖੋ, ਆਪਣੇ ਘਰਾਂ ਦੇ ਵਿੱਚ ਬਜ਼ੁਰਗ ਹੁੰਦੇ, ਆਪਾਂ ਬਜ਼ੁਰਗਾਂ ਨੂੰ ਕੁਛ ਨਹੀਂ ਸਮਝਦੇ, ਗਲਤ ਫਲਤ ਬੋਲਦੇ ਹਾਂ ਆਪਾਂ, ਪਰ ਇੱਕ ਚੀਜ਼ ਨਾਲ ਦੇਖੀ ਚੱਲੀਏ, ਕਿਉਂਕਿ ਜਦੋਂ ਬੰਦਾ ਬੁਢਾਪੇ 'ਚ ਆ ਜਾਂਦਾ ਤਾਂ ਉਹ ਬੱਚਿਆਂ ਵਰਗੀਆਂ ਹਰਕਤਾਂ ਕਰਨ ਲੱਗ ਜਾਂਦਾ, ਜਿਵੇਂ ਬਚਪਨ ਦੇ ਵਿੱਚ ਆਪਾਂ ਨੂੰ ਕਿਸੇ ਚੀਜ਼ ਦੀ ਅਕਲ ਨਹੀਂ ਹੁੰਦੀ, ਉਵੇਂ ਜਿਵੇਂ ਜਦੋਂ ਬੰਦਾ ਬਜ਼ੁਰਗ ਬਹੁਤ ਜ਼ਿਆਦਾ ਹੋ ਜਾਂਦਾ, ਉਹਦੀ ਬੁੱਧੀ ਜਿਹੜੀ ਮਤਲਬ ਬੱਚਿਆਂ ਵਰਗੀ ਹੋ ਜਾਂਦੀ ਹੈ, ਤਾਂ ਬਚਪਨ ਦੇ ਵਿੱਚ ਉਹ ਆਪਣਾ ਸਹਾਰਾ ਬਣੇ ਸੀ, ਅਤੇ ਬੁਢਾਪੇ ਦੇ ਵਿੱਚ ਆਪਾਂ ਉਹਨਾਂ ਦਾ ਸਹਾਰਾ ਬਣਨਾਗਾ,
ਠੀਕ ਹੈ ਜੀ। ਤਾਂ ਆਪਣੇ ਬਜ਼ੁਰਗਾਂ ਨੂੰ ਦੁਰਵਿਵਹਾਰ ਨਹੀਂ ਕਰਨਾ ਚਾਹੀਦਾ। ਤਾਂ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਜਿਹੜਾ ਮਨਾਇਆ ਜਾਂਦਾ ਇਹ ਮਨਾਇਆ ਜਾਂਦਾ ਆਪਣਾ 15 ਜੂਨ ਨੂੰ। ਅਤੇ ਨਾਲ ਜਿਹੜਾ ਥੀਮ ਨਹੀਂ ਭੁੱਲਣਾ, ਥੀਮ ਜ਼ਰੂਰ ਪੁੱਛਿਆ ਜਾਊਗਾ ਕੰਬੈਟਿੰਗ ਐਲਡਰ ਅਬਿਊਸ, ਕਿ ਝਗੜਾ ਨਹੀਂ ਕਰਨਾ ਕੁਮਾਰਟ ਮੈਨੇ ਉਹਨਾਂ ਨਾਲ ਆਪਾਂ, ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆਪਣੇ ਕੋਲ ਪੁੱਛਿਆ ਗਿਆ ਹੈਗਾ, ਕਹਿੰਦੇ ਹਾਲ ਹੀ ਦੇ ਵਿੱਚ ਕਿਸ ਰਾਜ ਸਰਕਾਰ ਨੇ ਪਾਣੀ ਦੀ ਸੰਭਾਲ ਲਈ ਪਾਇਲਟ ਪ੍ਰੋਜੈਕਟ ਸੂਜਲ ਸ਼ੁਰੂ ਕੀਤਾ ਹੈ, ਠੀਕ ਹੈ ਜੀ। ਤਾਂ ਇਹ ਜ਼ਿਆਦਾ ਪ੍ਰੋਜੈਕਟ ਪਾਣੀ ਵਾਸਤੇ ਜਿਹੜਾ ਕਰਦਾ ਗਾ ਉਹ ਆਪਣਾ ਹਰਿਆਣਾ ਕਰਦਾ, ਹਰਿਆਣਾ ਆਪਾਂ ਗਵਾਂਢੀ ਹੈਗਾ। ਅਤੇ 1 ਨਵੰਬਰ 1966 ਨੂੰ ਪੰਜਾਬ ਅਤੇ ਹਰਿਆਣੇ ਨੂੰ ਅਲੱਗ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕਹਿੰਦੇ ਹਾਲ ਹੀ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਅਗਨੀਪਥ ਮਿਲਟਰੀ ਭਰਤੀ ਯੋਜਨਾ ਦੇ ਨਾਮ ਨਾਲ ਸ਼ੁਰੂ ਕੀਤੀ ਹੈ। ਦੇਖੋ ਜਿਹੜੇ ਬੱਚੇ ਪੁੱਛ ਰਹੇ ਕਿ ਕਿਹੜੇ ਅਗਨੀਪਥ ਯੋਜਨਾ ਦੇ ਤਹਿਤ ਫੌਜ ਦੇ ਵਿੱਚ ਭਰਤੀ ਹੋਣਗੇ, ਤੁਹਾਨੂੰ ਪਤਾ ਕਿ 46,000 ਵੈਕੈਂਸੀ ਇਹਨਾਂ ਨੇ ਕੱਢ ਚੁੱਕੀ ਹੈ ਅਗਨੀਪਥ ਦੇ ਤਹਿਤ। ਅਤੇ ਇਹਦੇ ਵਿੱਚ ਜਿਹੜੇ ਬੱਚੇ ਭਰਤੀ ਹੋਣਗੇ, ਠੀਕ ਹੈ ਜੀ, ਉਹਨਾਂ ਨੂੰ ਕਿਹੜੇ ਨਾਂ ਨਾਲ ਜਾਣਿਆ ਜਾਊਗਾ? ਤਾਂ ਉਹਨਾਂ ਨੂੰ ਜਾਣਿਆ ਜਾਊਗਾ ਅਗਨੀਵੀਰ ਦੇ ਨਾਮ ਨਾਲ, ਉਹਨਾਂ ਨੂੰ ਅਗਨੀਵੀਰ ਦੇ ਨਾਮ ਨਾਲ ਜਾਣਿਆ ਜਾਊਗਾ। ਹਾਲ ਹੀ ਦੇ ਵਿੱਚ ਕਿਸ ਸ਼ਹਿਰ ਵਿੱਚ ਭਾਰਤ ਦਾ ਪਹਿਲਾ, ਠੀਕ ਹੈ ਜੀ, ਇੰਡੀਆ ਇਜ਼ ਫਸਟ ਸੈਂਟਰਾਈਜ਼ਰ ਏਸੀ ਰੇਲਵੇ ਟਰਮੀਨਲ, ਕਹਿਣਾ ਮਤਲਬ ਕਿ ਰੇਲਵੇ ਟਰਮੀਨਲ 'ਤੇ ਕੀ ਲਾਤਾ, ਏਸੀ ਕਰਤਾ ਸਾਰਾ ਰੇਲਵੇ ਟਰਮੀਨਲ, ਇਹ ਬਹੁਤ ਬਹੁਤ ਇੰਪੋਰਟੈਂਟ ਪ੍ਰਸ਼ਨ ਹੈਗਾ। ਸਾਰਾ ਇਹ ਏਸੀ ਬਣਾਤਾ, ਜੇ ਤੁਸੀਂ ਫੋਟੋ ਕੱਢ ਕੇ ਦੇਖਿਓ ਤਾਂ ਬਹੁਤ ਜ਼ਿਆਦਾ ਸੋਹਣਾ ਬਣਾਤਾ ਬੱਚੇ ਇਹ। ਤਾਂ ਇਹ ਬਣਾਤਾ ਬੈਂਗਲੁਰੂ ਦੇ ਵਿੱਚ, ਇੱਥੇ ਅਗਰ ਤੁਹਾਨੂੰ ਐਂ ਲੱਗੂਗਾ ਕਿ ਪਤਾ ਨਹੀਂ ਕਿਹੜੇ ਦੁਨੀਆ ਦੇ ਵਿੱਚ ਸਵਰਗਾਂ ਦੇ ਵਿੱਚ ਹੀ ਆ ਗਏ, ਬਹੁਤ ਜ਼ਿਆਦਾ ਸੋਹਣਾ ਬਣਾਇਆ ਹੋਇਆ ਹੈਗਾ, ਠੀਕ ਹੈ ਜੀ। ਬੈਂਗਲੁਰੂ ਦੇ ਵਿੱਚ ਬਣਾਇਆ ਹੈਗਾ ਸੈਂਟਰਾਈਜ਼ਡ ਏਸੀ ਰੇਲਵੇ ਟਰਮੀਨਲ। ਇਸੇ ਰੇਲਵੇ ਸਟੇਸ਼ਨ ਨੂੰ ਕਿਹੜੇ ਨਾਂ ਨਾਲ ਜਾਣਿਆ ਜਾਂਦਾ? ਐੱਸ ਐੱਮ ਬੀ ਦੇ ਨਾਂ ਨਾਲ ਜਾਣਿਆ ਜਾਂਦਾ ਹੈਗਾ, ਠੀਕ ਹੈ ਜੀ, ਐੱਸ ਐੱਮ ਬੀ ਦੇ ਨਾਂ ਨਾਲ ਜਾਣਿਆ ਜਾਂਦਾ ਹੈਗਾ। ਇਸ ਤੋਂ ਬਾਅਦ ਆਪਣਾ ਪ੍ਰਸ਼ਨ ਆ ਗਿਆ ਅਗਲਾ, ਕਹਿੰਦੇ ਰੀਸੈਂਟਲੀ ਵਿੱਚ ਏਸ਼ੀਅਨ ਕੰਟਰੀ ਬੀ ਕੌਮ ਫਸਟ ਟੂ ਲੀਗਲਾਈਜ਼, ਲੀਗਲ ਕਰਤਾ ਇਹਨਾਂ ਨੇ ਕਿਹਨੂੰ? ਕੈਨਾਵਿਸ ਫਰੋਮ ਮੈਡੀਸਨ ਯੂਜ਼ ਵਾਸਤੇ। ਹੁਣ ਬੱਚੋ ਜਿਹੜਾ ਇਹ ਕੈਨਾਵਿਸ ਦਾ ਇੱਕ ਪੌਦਾ ਸੀ ਜਿਹੜਾ ਕਿ ਨਸ਼ੇ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਸੀ, ਜਿਵੇਂ ਆਪਣੇ ਇੱਥੇ ਭੁੱਕੀ ਬੀਜ ਲੈਂਦੇ ਲੋਕ, ਭੁੱਕੇ ਡੂਡੇ ਡੂਡੇ ਲਾ ਲੈਂਦੇ ਫੀਮ ਦੇ, ਉਵੇਂ ਜਿਵੇਂ ਇਹ ਕੈਨਾਵਿਸ ਵੀ ਨਾ ਇੱਕ ਮਤਲਬ ਨਸ਼ੀਲਾ ਪੌਦਾ ਸੀ ਜਿਹਦੇ 'ਚ ਪੱਤੀਆਂ ਦੇ ਵਿੱਚ ਇਹਦੇ 'ਚ ਨਸ਼ਾ ਹੁੰਦਾ ਸੀ। ਤਾਂ ਇਹ ਪਹਿਲਾਂ ਕੋਈ ਆਪਣੇ ਘਰ ਲਾ ਨਹੀਂ ਸਕਦਾ ਸੀ, ਇਹਦੇ ਵਿਰੁੱਧ ਵੀ ਸਜ਼ਾ ਕੀਤੀ ਜਾਂਦੀ ਸੀ ਜੇ ਕਿਸੇ ਬੰਦੇ ਦੇ ਘਰ ਲਾਇਆ। ਪਰ ਹੁਣ ਇਹ ਬੱਚੋ ਮੈਡੀਸਨ ਦੇ ਵਿੱਚ ਯੂਜ਼ ਹੋਣ ਲੱਗ ਗਿਆ, ਹੁਣ ਹਰੇਕ ਬੰਦਾ ਆਪਣੇ ਘਰ ਵੀ ਲਗਾ ਸਕਦਾ, ਇਹਦਾ ਵਪਾਰ ਵੀ ਕਰ ਸਕਦਾ, ਸਾਰੇ ਪਾਸੇ ਨੂੰ ਇੱਕ ਖੁੱਲ੍ਹ ਦਿੱਤੀ, ਠੀਕ ਹੈ ਜੀ। ਇਹ ਖੁੱਲ੍ਹ ਕਿਹਨੇ ਦਿੱਤੀ ਹੈ? ਇਹ ਖੁੱਲ੍ਹ ਦਿੱਤੀ ਹੈ ਥਾਈਲੈਂਡ ਨੇ, ਥਾਈਲੈਂਡ ਦੇ ਖੁੱਲ੍ਹ ਦਿੱਤੀ ਹੈ। ਅਤੇ ਚਿੱਟਾ ਹਾਥੀ ਕਿੱਥੇ ਹੈ? ਵਾਈਟ ਐਲੀਫੈਂਟ, ਜੇ ਤੁਹਾਡੇ ਤੋਂ ਪੁੱਛ ਲਿਆ ਕਿਸੇ ਨੇ ਕਿ ਵਾਈਟ ਚਿੱਟਾ ਹਾਥੀ ਵਾਈਟ ਐਲੀਮੈਂਟ ਕਿੱਥੇ? ਉਹ ਵੀ ਥਾਈਲੈਂਡ ਦੇ ਵਿੱਚ ਹੀ ਹੈ। ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਆਪਾਂ, ਚਲੋ। ਰੀਸੈਂਟਲੀ ਹਾਓ ਮੈਨੀ ਪੀਪਲ ਹੈਵ ਬੀਨ ਅਪੁਆਇੰਟਡ ਐਸ ਨੋਨ ਓਫਿਸ਼ਲ ਡਾਇਰੈਕਟਰ ਇਨ ਸੈਂਟਰਲ ਬੋਰਡ ਆਫ ਆਰ ਬੀ ਆਈ? ਜਿਹੜਾ ਆਰ ਬੀ ਆਈ ਦਾ ਸੈਂਟਰਲ ਬੋਰਡ ਹੈ, ਆਰ ਬੀ ਆਈ ਦੀ ਫੁੱਲ ਫਾਰਮ ਹੈਗੀ ਰਿਜ਼ਰਵ ਬੈਂਕ ਆਫ ਇੰਡੀਆ, 1 ਅਪ੍ਰੈਲ 1935 ਨੂੰ ਆਰ ਬੀ ਆਈ ਬਣੀ ਸੀ, ਇਹ ਗੱਲ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ ਜੀ। ਇਹਨਾਂ ਨੇ ਇੱਥੇ ਨੋਨ ਓਫਿਸ਼ਲ ਡਾਇਰੈਕਟਰ ਅਪੁਆਇੰਟ ਕੀਤੇ ਆਪਣੇ, ਠੀਕ ਹੈ ਜੀ। ਉਹ ਕਿੰਨੇ ਅਪੁਆਇੰਟ ਕੀਤੇ ਆ? ਤਾਂ ਉਹ ਇਹਨਾਂ ਨੇ ਅਪੁਆਇੰਟ ਕੀਤੇ ਆ 4। ਉਹ ਚਾਰਾਂ ਦੇ ਨਾਮ ਕਿਹੜੇ ਕਿਹੜੇ ਆ ਦੇਖੋ ਧਿਆਨ ਨਾਲ, ਆਨੰਦ ਮਹਿੰਦਰਾ, ਬੈਨੂ ਸ਼੍ਰੀਨਿਵਾਸਨ, ਰਵਿੰਦਰ ਢੋਲਕੀਆ, ਪੰਕਜ ਪਟੇਲ। ਅਤੇ ਜਿਹੜੇ ਇਸ ਟਾਈਮ 'ਤੇ ਆਪਣੇ ਆਈ ਸੀ ਆਈ ਦੇ ਆਰ ਬੀ ਆਈ ਦੇ ਜਿਹੜੇ ਆਪਣੇ ਗਵਰਨਰ ਹੈਗੇ ਉਹ ਹੈਗੇ ਸ਼ਕਤੀਕਾਂਤ ਦਾਸ, 25ਵੇਂ ਗਵਰਨਰ ਹੈ, ਇੱਥੋਂ ਪ੍ਰਸ਼ਨ ਪੁੱਛਿਆ ਜਾ ਸਕਦਾ ਹੈਗਾ। ਅਤੇ ਜਿਹੜਾ ਇਹ ਸਥਾਪਨਾ ਹੋਈ ਸੀ ਆਰ ਬੀ ਆਈ ਦੀ, ਉਹ ਤਾਂ ਤੁਹਾਨੂੰ ਪਤਾ ਕਿ 1 ਅਪ੍ਰੈਲ 1935 ਨੂੰ 1935 ਐਕਟ ਦੇ ਅਧੀਨ ਕਰਤੀ ਸੀ, ਪਰ ਇਹਨੂੰ ਲੀਗਲਾਈਜ਼ ਕਦੋਂ ਕੀਤਾ ਸੀ? 1949 ਦੇ ਵਿੱਚ, ਠੀਕ ਹੈ ਜੀ। ਹਾਲ ਹੀ ਦੇ ਵਿੱਚ ਭਾਰਤੀ ਰੇਲਵੇ ਨੇ ਭਾਰਤੀ ਗੌਰਵ ਯੋਜਨਾ ਦੇ ਤਹਿਤ ਕੋਂਬੇ ਟੂਰ ਤੋਂ ਦੇਸ਼ ਤੱਕ ਪਹਿਲੀ ਰੇਲ ਗੱਡੀ ਚਲਾਈ ਹੈ, ਠੀਕ ਹੈ ਜੀ। ਭਾਰਤ ਗੌਰਵ ਸਕੀਮ ਦੇ ਅੰਡਰ ਚਲਾਈ ਹੈ, ਕਿੱਥੋਂ ਕਿ ਚਲਾਈ? ਇਹ ਚਲਾਈ ਇਹਨੇ ਸਾਈਨਗਰ ਸ਼ਿਰਦੀ ਤੱਕ, ਠੀਕ ਹੈ ਜੀ, ਸ਼ਾਈਨਗਰ ਸ਼ਿਰਦੀ ਤੱਕ ਚਲਾਈ ਹੈ। ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ, ਰੇਲਵੇ ਵਾਲਾ ਪ੍ਰਸ਼ਨ ਕੋਈ ਵੀ ਤੁਸੀਂ ਛੱਡਣਾ ਨਹੀਂ। ਚੇਅਰਮੈਨ ਅਤੇ ਸੀ ਓ ਬੀ ਕੇ ਤ੍ਰਿਪਾਠੀ ਰੇਲਵੇ ਦੀ, ਇਹ ਗੱਲ ਯਾਦ ਰੱਖਣੀ ਹੈ। ਐੱਨ ਟੀ ਪੀ ਸੀ ਲਈ ਭਾਰਤ ਦਾ ਪਹਿਲਾ ਗ੍ਰੀਨ ਹਾਈਡਰੋਜਨ ਫਿਊਲਿੰਗ ਸਟੇਸ਼ਨ ਕਿਸ ਸ਼ਹਿਰ ਵਿੱਚ ਸਥਾਪਿਤ ਕੀਤਾ ਗਿਆ ਹੈਗਾ, ਠੀਕ ਹੈ ਜੀ। ਐੱਨ ਟੀ ਪੀ ਸੀ ਕਹਿੰਦੀ ਇਹ ਹਾਈਡਰੋਜਨ 'ਤੇ ਚੱਲੂਗਾ ਸਾਰਾ ਸਿਸਟਮ, ਠੀਕ ਹੈ ਜੀ। ਹਾਈਡਰੋਜਨ ਨੂੰ ਜ਼ਿਆਦਾ ਜ਼ਿਆਦਾ ਪ੍ਰਮੋਟ ਕਰ ਰਹੇ ਅਤੇ ਕਾਰਬਨ ਨੂੰ ਘੱਟ ਤੋਂ ਘੱਟ ਆਪਾਂ ਵਰਤੋਂ ਦੇ ਵਿੱਚ ਲਿਆਉਣਾ, ਕਿਉਂਕਿ ਕਾਰਬਨ ਨਾਲ ਗ੍ਰੀਨ ਹਾਊਸ ਪ੍ਰਭਾਵ ਪੈਦਾ ਹੁੰਦਾ ਜਿਹਦਾ ਆਪਣੇ ਵਾਤਾਵਰਨ 'ਤੇ ਬਹੁਤ ਗੰਦਾ ਪ੍ਰਭਾਵ ਪੈਂਦਾ। ਇਹ ਕਹਿੰਦੇ ਐੱਨ ਟੀ ਪੀ ਸੀ ਨੇ ਗ੍ਰੀਨ
ਹਾਈਡਰੋਜਨ ਫਿਊਲਿੰਗ ਸਟੇਸ਼ਨ ਲਾਤਾ, ਪਹਿਲਾਂ ਲਾਇਆ ਆਪਣਾ, ਵੈਰੀ ਵੈਰੀ ਇੰਪੋਰਟੈਂਟ, ਜਿੱਥੇ ਪਹਿਲੀ ਚੀਜ਼ ਆ ਗਈ ਤਾਂ ਆਪਾਂ ਜੰਮ ਨਹੀਂ ਛੱਡਣੀ, ਇਹ ਲਾਇਆ ਇਹਨਾਂ ਨੇ ਲੇਹ ਦੇ ਵਿੱਚ, ਠੀਕ ਹੈ ਜੀ। ਹਾਲ ਹੀ ਦੇ ਵਿੱਚ ਕਿਹੜੀ ਕੰਪਨੀ ਨੇ ਪੈਨ ਇੰਡੀਆ ਦੇ ਸਾਰੇ ਏਟੀਐਮਾਂ ਵਿੱਚ ਨਗਦ ਨਿਕਾਸੀ ਸ਼ੁਰੂ ਕਰਨ ਲਈ ਆਰਬੀਆਈ ਲਾਇਸੈਂਸੋ ਦਾ ਪੀਪੀਆਈ ਬਣਾਤੀ? ਪੀਪੀਆਈ ਕੀ ਬਣਾਤੀ ਇਹਨਾਂ ਨੇ? ਇਹਨਾਂ ਨੇ ਇਹ ਬਣਾਤਾ ਬੱਚਿਓ ਕਿ ਆਪਾਂ, ਠੀਕ ਹੈ ਜੀ, ਕਿ ਮਤਲਬ ਕਿਸੇ ਵੀ ਥਾਂ 'ਤੇ ਜੇ ਆਪਣੇ ਕੋਲ ਆਹ ਕਾਰਡ ਹੈਗਾ ਗਾ, ਕਿਹੜਾ ਕਾਰਡ ਹੈਗਾ, ਓਮਨੀ ਕਾਰਡ ਹੈ, ਤਾਂ ਆਪਾਂ ਭਾਰਤ ਦੇ ਵਿੱਚ ਕਿਸੇ ਵੀ ਏਟੀਐਮ ਤੋਂ, ਮੰਨ ਲਓ ਆਪਾਂ ਰਾਜਸਥਾਨ ਘੁੰਮਣ ਵਗ ਗਏ, ਯੂਪੀ ਘੁੰਮਣ ਵਗ ਗਏ, ਤਾਮਿਲਨਾਡੂ ਘੁੰਮਣ ਵਗ ਗਏ, ਕਿਤੇ ਵਾਧੂ ਅਲੱਗ ਅਲੱਗ ਬੈਂਕਾਂ ਹੋਣਗੀਆਂ ਕਿਤੇ ਨਾ ਕਿਤੇ, ਠੀਕ ਹੈ ਜੀ, ਤਾਂ ਆਪਾਂ ਕਿਤੋਂ ਵੀ ਪੈਸੇ ਕਢਾ ਸਕਦੇ ਹਾਂ ਜੇ ਆਪਣੇ ਕੋਲ ਓਮਨੀ ਕਾਰਡ ਹੈਗਾ। ਇਹਨੂੰ ਕਿਹਨੇ ਦੇਤੀ ਸਾਰੀ ਪਰਮਿਸ਼ਨ? ਆਰਬੀਆਈ ਨੇ ਦਿੱਤੀ। ਤੁਹਾਨੂੰ ਪਤਾ ਕਿ ਸਾਰੀਆਂ ਬੈਂਕਾਂ ਆਰਬੀਆਈ ਦੇ ਅੰਡਰ ਹੁੰਦੀਆਂ, ਰਿਜ਼ਰਵ ਬੈਂਕ ਆਫ ਇੰਡੀਆ ਬਾਰੇ, ਜਿਹਦੇ ਵਿੱਚ ਆਪਾਂ ਪਹਿਲਾਂ ਗੱਲ ਕਰਕੇ ਗਏ ਹਾਂ, ਤਾਂ ਓਮਨੀ ਕਾਰਡ ਨੂੰ ਦਿੱਤੀ ਇਹਨਾਂ ਨੇ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਆਪਣੇ ਕੋਲ, ਕਹਿੰਦੇ ਰੀਸੈਂਟਲੀ ਵਿੱਚ ਸਟੇਟ ਗਵਰਨਮੈਂਟ ਹੈਜ਼ ਲਾਂਚ ਐਨਮ ਐਜ ਹਥਿੰਗ ਸਕੀਮ ਟੂ ਫਿਲ ਲਰਨਿੰਗ ਗੈਪ। ਇਹ ਲਰਨਿੰਗ ਗੈਪ ਦਾ ਮਤਲਬ ਕੀ ਹੈ? ਇਹ ਸਕੀਮ ਚਲਾਈ ਇਹਨਾਂ ਨੇ, ਠੀਕ ਹੈ ਜੀ, ਐਨਮ ਐਜੂਥਮ ਸਕੀਮ ਸ਼ੁਰੂ ਕੀਤੀ ਹੈ ਲਰਨਿੰਗ ਐਪ ਨੂੰ ਭਰਨ ਵਾਸਤੇ। ਲਰਨਿੰਗ ਐਪ ਕੀ ਹੁੰਦੀ ਹੈ? ਲਰਨਿੰਗ ਗੈਪ ਕੀ ਹੁੰਦਾ? ਤੁਹਾਨੂੰ ਪਤਾ ਹੋਊਗਾ ਜਦੋਂ ਕਰੋਨਾ ਦਾ ਟਾਈਮ ਚੱਲ ਰਿਹਾ ਸੀ, ਉਦੋਂ ਬਹੁਤ ਬੱਚੇ ਘਰਾਂ ਵਿੱਚ ਰਹਿ ਕੇ, ਜਿਨ੍ਹਾਂ ਦੇ ਬੱਚਿਆਂ ਦਾ ਪੜ੍ਹਾਈ ਦਾ ਨੁਕਸਾਨ ਹੋਇਆ ਸੀ, ਉਹਨਾਂ ਦੇ ਗੈਪ ਨੂੰ ਪੂਰਾ ਕਰਨ ਵਾਸਤੇ ਇਹ ਸਕੀਮ ਚਲਾਈ ਗਈ ਹੈ, ਠੀਕ ਹੈ ਜੀ, ਉਹਨਾਂ ਦੇ ਗੈਪ ਨੂੰ ਪੂਰਾ ਕਰਨ ਵਾਸਤੇ ਇਹ ਸਕੀਮ ਚਲਾਈ ਗਈ ਹੈ। ਤਾਂ ਇਹ ਸਕੀਮ ਕਿਹਨੇ ਚਲਾਈ ਹੈ? ਇਹ ਸਕੀਮ ਚਲਾਈ ਹੈ ਆਪਣੇ ਤਾਮਿਲਨਾਡੂ ਨੇ, ਠੀਕ ਹੈ ਜੀ, ਐਮ ਕੇ ਸਟੈਲਿਨ ਦੀ ਇੱਥੇ ਸਰਕਾਰ ਹੈਗੀ, ਠੀਕ ਹੈ ਜੀ, ਇਹ ਗੱਲ ਯਾਦ ਰੱਖਣੀ ਹੈ। ਇਹ ਜੇ ਬੱਚਿਆਂ ਨੂੰ ਹਿੰਦੀ ਤਾਮਿਲ ਭਾਸ਼ਾ ਪੜ੍ਹਾਈ ਜਾਊਗੀ। ਗਲੋਬਲ ਵਾਈਂਡ ਡੇ, ਠੀਕ ਹੈ ਜੀ, ਗਲੋਬਲ ਵਾਈਂਡ ਡੇ, ਵਾਈਂਡ ਦਾ ਕੀ ਮਤਲਬ ਹੁੰਦਾ? ਜਿਹੜੀ ਆਪਾਂ ਪੌਣ ਚੱਕੀ ਤੋਂ, ਪੌਣ ਚੱਕੀ ਨਹੀਂ ਪੜ੍ਹਦੇ ਹੁੰਦੇ ਸੀ ਆਪਾਂ, ਪੌਣ ਚੱਕੀ ਤੋਂ ਆਪਾਂ ਊਰਜਾ ਪ੍ਰਾਪਤ ਕਰਦੇ ਹਾਂ, ਉਹਦੇ ਬਾਰੇ ਚਰਚਾ ਕੀਤੀ ਗਈ ਹੈ ਗਲੋਬਲ ਵਾਈਂਡ ਡੇ ਦੇ ਵਿੱਚ। ਇਹ ਦਿਨ ਕਦੋਂ ਮਨਾਇਆ ਜਾਂਦਾ? ਇਹ ਦਿਨ ਮਨਾਇਆ ਜਾਂਦਾ ਹੈਗਾ 15 ਜੂਨ ਨੂੰ। ਜਿਹੜਾ ਥੀਮ ਜ਼ਰੂਰ ਯਾਦ ਕਰ ਲਿਓ, ਥੀਮ ਇਹਦਾ ਬਹੁਤ ਵੱਡਾ ਹੈਗਾ, ਸੈਲੀਬ੍ਰੇਟ ਟੂ ਇੰਜੋਏ ਦਾ ਬੈਨੀਫਿਟ ਆਫ ਵਾਈਂਡ। ਕਹਿੰਦੇ ਜਿਹੜੀ ਪੌਣ ਚੱਕੀ ਹਵਾ ਚੱਲਦੀ ਹੈ ਆਪਣੀ, ਉਦੋਂ ਪੌਣ ਚੱਕੀਆਂ ਘੁੰਮਦੀਆਂ ਗਈਆਂ ਜਦੋਂ ਆਪਾਂ ਨੂੰ એનર્ਜੀ ਮਿਲਦੀ ਹੈ। ਐਂਡ ਪ੍ਰੋਵਾਈਡਿੰਗ ਐਜੂਕੇਸ਼ਨ ਟੂ ਇੰਡੀਵਿਜੁਅਲ ਅਬਾਊਟ ਦਾ ਪਾਵਰ ਐਂਡ ਪੋਟੈਂਸ਼ੀਅਲ ਆਫ ਵਾਈਂਡ એનર્ਜੀ ਟੂ ਚੇਂਜ ਦਾ ਵਰਡ। ਕੀ એનર્ਜੀ ਨਾਲ ਆਪਾਂ ਵਰਡ ਨੂੰ ਵੀ ਬਦਲ ਸਕਦੇ ਹਾਂ, ਠੀਕ ਹੈ ਜੀ। ਇਸ ਤੋਂ ਬਾਅਦ ਆ ਗਿਆ ਆਪਾਂ ਅਗਲੇ ਪ੍ਰਸ਼ਨ 'ਤੇ। ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ? ਹਾਲ ਹੀ ਦੇ ਵਿੱਚ ਕਿਸ ਰਾਜ ਵਿੱਚ, ਠੀਕ ਹੈ ਜੀ, ਕੀ ਕਹਿ ਰਹੇ ਨੇ? ਕਹਿੰਦੇ ਹਾਲ ਹੀ ਦੇ ਵਿੱਚ ਕਿਸ ਰਾਜ ਦੇ ਵਿੱਚ ਕੰਗਾਰੂ ਦੀ, ਠੀਕ ਹੈ ਜੀ, ਇੱਥੇ ਲਿਖਿਆ ਹੋਊਗਾ ਕੰਗਾਰੂ ਦੀ ਇੱਕ ਨਵੀਂ ਪ੍ਰਜਾਤੀ ਦੀ ਖੋਜ ਕੀਤੀ ਗਈ, ਜਿਸਦਾ ਨਾਮ ਹੈਗਾ ਹੈਪਲੋਪ ਟੀਚੀਅਸ ਸਹਾ ਜਾਡਰੀ ਅਨਸਿਸ, ਠੀਕ ਹੈ ਜੀ, ਬਹੁਤ ਕਸੂਤਾ ਜਿਹਾ ਨਾਮ ਹੈਗਾ, ਠੀਕ ਹੈ ਜੀ, ਇਸ ਕਸੂਤਾ ਜਿਹਾ ਨਾਮ ਹੈਗਾ। ਕਹਿੰਦੇ ਇਹ ਦੱਸੋ ਜਿਹੜਾ ਕਸੂਤਾ ਜਿਹਾ ਨਾਮ ਹੈਗਾ, ਇਹ ਪ੍ਰਜਾਤੀ ਹੈ ਕੰਗਾਰੂ ਦੀ, ਠੀਕ ਹੈ ਜੀ, ਇਹ ਕਿੱਥੇ ਲੱਭੀ ਹੈਗੀ? ਤਾਂ ਇਹ ਬੱਚੋ ਜਿਹੜੀ ਲੱਭੀ ਹੈਗੀ, ਇਹ ਲੱਭੀ ਆਪਣੇ, ਕੰਗਾਰੂ ਨਹੀਂ ਹੈਗਾ ਸੱਚ ਬੱਚੋ, ਇਹ ਘੁੰਗਰੂ ਗਲਤ ਲਿਖਿਆ ਪਿਆ, ਇਹਦੇ ਸਨੇਲ ਕਹੀ ਜਾਂਦੇ, ਸਨੇਲ, ਸਨੇਲ ਦਾ ਮਤਲਬ ਹੁੰਦਾ ਸਿੱਪੀਆਂ, ਸਿੱਪੀ। ਹੁਣ ਤੁਸੀਂ ਆਪਣੇ ਘਰਾਂ ਦੇ ਵਿੱਚ ਅੱਗੇ ਨਾ, ਜਦੋਂ ਆਪਾਂ ਛੋਟੇ ਹੁੰਦੇ ਸੀ ਆਪਣੇ ਘਰ, ਜਦੋਂ ਕੋਈ ਘਰ ਘੁਰ ਪਾਉਂਦੇ ਸੀ ਆਪਾਂ ਬਰੇਤੀ ਨਹੀਂ ਸਟਾ ਲੈਂਦੇ ਸੀ, ਬਰੇਤੀਆਂ ਦੇ ਵਿੱਚ ਆਪਾਂ ਨੂੰ ਸਿੱਪੀਆਂ ਸੁੱਪੀਆਂ ਜਿਹਾ ਮਿਲ ਜਾਂਦੀਆਂ ਸੀ, ਠੀਕ ਹੈ, ਉਹ ਚੀਜ਼ ਦੀ ਗੱਲ ਕਰ ਰਹੇ ਹੈ, ਸੋਰੀ ਆਹ ਗਲਤ ਲਿਖਿਆ ਗਿਆ। ਤਾਂ ਇਹ ਮਹਾਰਾਸ਼ਟਰ ਦੇ ਵਿੱਚ ਲੱਭੀ ਹੈ ਬੱਚੋ, ਠੀਕ ਹੈ, ਇਹਦਾ ਨਾਂ ਜ਼ਰੂਰ ਯਾਦ ਕਰ ਲਿਓ, ਮਹਾਰਾਸ਼ਟਰ ਦੇ ਵਿੱਚ। ਵਿੱਚ IIT ਇੰਸਟੀਟਿਊਟ ਹੈਜ਼ ਡਿਵਲਪ ਇਹ ਰੋਬਿਟ ਹੋਮੋਸੈਪ ਟੂ ਐਲੀਮੀਨੇਟ ਮੈਨੂਅਲ ਸਕੈਵਿਨਿੰਜ ਆਫ ਇੰਡੀਆ। ਕਹਿੰਦੇ ਹਾਲ ਹੀ ਦੇ ਵਿੱਚ ਕਿਸ IIT ਸੰਸਥਾ ਨੇ ਇੱਕ ਰੋਬੋਟ ਵਿਕਸਿਤ ਕੀਤਾ ਹੈ ਹੋਮ ਸ਼ੇਪ, ਭਾਰਤ ਵਿੱਚ ਹੱਥੀ ਮੈਲਾ ਕੱਢਣ ਦਾ? ਹੱਥੀ ਮੈਲਾ ਕੱਢਣ ਦਾ ਮਤਲਬ ਕੀ ਹੈ ਬੱਚੋ? ਜਿਵੇਂ ਕਿ ਹੁਣ ਸੀਵਰੇਜ ਦੇ ਵਿੱਚ ਤੁਹਾਨੂੰ ਪਤਾ ਗਾ ਕਿ ਸ਼ਹਿਰਾਂ ਦੇ ਵਿੱਚ ਸੀਵਰੇਜ ਪਾਏ ਹੁੰਦੇ, ਉਹਨਾਂ ਦੇ ਵਿੱਚੋਂ ਗੰਦ ਮੰਦ ਕੱਢਣਾ ਹੁੰਦਾ ਗਾ, ਉੱਥੇ ਬੰਦਿਆਂ ਨੂੰ ਆਪ ਵੜਨਾ ਪੈਂਦਾ ਵਿੱਚ, ਜਿਹਦੇ ਨਾਲ ਉਹ ਸਾਰਾ ਕੱਢਦੇ ਆ, ਠੀਕ ਹੈ, ਪਰ ਇਸ ਤਰ੍ਹਾਂ ਉਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ, ਗੈਸ ਬਣੀ ਹੁੰਦੀ ਹੈ, ਕਈ ਵਾਰੀ ਡੈਥ ਵੀ ਬਹੁਤ ਦੀ ਹੋ ਜਾਂਦੀ ਹੈ। ਤਾਂ ਉਹ ਜਿਹਦੇ ਛੁਟਕਾਰਾ ਪਾਉਣ ਵਾਸਤੇ ਇੱਕ ਰੋਬੋਟ ਤਿਆਰ ਕੀਤਾ, ਉਹ ਰੋਬੋਟ ਦਾ ਨਾਮ ਕੀ ਹੈ? ਹਿਊਮੋਸ਼ੇਪ, ਜਿਹੜਾ ਕਿ ਹੁਣ ਜਿਵੇਂ ਲੋਕ ਅੱਗੇ ਆਪ ਮਨੁੱਖ ਕਰਦਾ ਸੀ, ਉਵੇਂ ਨਹੀਂ ਰੋਬੋਟ ਕੱਢੂਗਾ ਸਾਰਾ ਕੁਛ, ਠੀਕ ਹੈ ਜੀ। ਤਾਂ ਇਹ ਕਿਹੜੀ IIT ਨੇ ਕੀਤਾ? ਇਹ ਕੀਤਾ IIT ਮਦਰਾਸ ਨੇ, IIT ਮਦਰਾਸ ਨੇ। ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ 'ਤੇ। ਰੀਸੈਂਟਲੀ ਨੀਰਜ ਚੋਪੜਾ ਸੈਟਸ ਨਿਊ ਨੈਸ਼ਨਲ ਰਿਕਾਰਡ। ਕਹਿੰਦੇ ਜਿਹੜੇ ਨੀਰਜ ਚੋਪੜਾ ਬੱਚੋ, ਜਿਹੜਾ ਜੈਵਲਿਨ ਥਰੋ ਸਿੱਟਦਾ ਗਾ, ਜਿਹਨੂੰ ਭਾਲਾ ਸਿੱਟਣਾ ਕਹਿ ਦਿੰਦੇ ਆ, ਉਹ 'ਚ ਆਪਣਾ ਰਿਕਾਰਡ ਬਣਾਤਾ ਇਹਨੇ, ਠੀਕ ਹੈ ਜੀ, ਜੈਵਲਿਨ ਥਰੋ ਦੇ ਵਿੱਚ। ਕਿੱਥੇ ਬਣਾਇਆ ਗਾ? ਪਾਵੋ ਨੂਰਮੀ ਖੇਡਾਂ ਦੇ ਵਿੱਚ, ਪਾਵੋ ਨੂਰਮੀ ਖੇਡਾਂ ਦੇ ਵਿੱਚ ਇਹਨੇ ਆਪਦਾ ਰਿਕਾਰਡ ਹੀ ਤੋੜਤਾ ਬੱਚੋ। 89.30 ਦੂਰ ਇਹਨੇ ਭਾਲਾ ਫੇਕਿਆ, ਪਹਿਲਾਂ ਇਹਨੇ ਫੇਰਿਆ ਸੀ 0.7 ਮੀਟਰ ਦੂਰ ਸਿੱਟਿਆ ਸੀ, ਐਤਕੀ ਇਹਨੇ ਆਪਦਾ ਰਿਕਾਰਡ ਹੀ ਤੋੜਤਾ 99.30, ਠੀਕ ਹੈ ਜੀ।
ਤਾਂ ਇਹ ਗੱਲ ਯਾਦ ਰੱਖਣੀ, ਇਸ ਨੇ ਆਪਣਾ ਪਹਿਲਾਂ ਹੀ ਰਿਕਾਰਡ ਤੋੜ ਦਿੱਤਾ ਜੋ ਪਹਿਲਾਂ 88.07 ਸੀ, ਤੁਹਾਨੂੰ ਦੱਸਤਾ ਮੈਂ, ਅਤੇ ਵਾਰ ਦੇ ਵਿੱਚੋਂ ਇਹ 5ਵੇਂ ਨੰਬਰ 'ਤੇ ਹੈ। ਠੀਕ ਹੈ ਜੀ, ਵਾਰ ਦੇ ਵਿੱਚੋਂ ਇਹ 5ਵੇਂ ਨੰਬਰ 'ਤੇ ਹੈ। ਰੀਸੈਂਟਲੀ ਹੂ ਬੋਰਨ ਗੋਲਡ ਐਟ ਮੈਨ, ਕਿਹੜਾ ਬੰਦਾ ਜਿਹਨੇ 55 KG ਕੈਟਾਗਰੀ ਦੇ ਵਿੱਚ IWF ਯੂਥ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਗੋਲਡ ਜਿੱਤਿਆ 55 ਕਿਲੋ ਦੀ ਸ਼੍ਰੇਣੀ ਦੇ ਵਿੱਚ, ਦੱਸੋ ਜੀ, ਵੇਟ ਲਿਫਟਿੰਗ ਦੇ ਵਿੱਚ। ਇਹ ਜਿੱਤਿਆ ਸਾਣਾਪੱਥੀ ਗੁਰੂ ਨਾਇਡੂ, ਠੀਕ ਹੈ ਜੀ, ਇਹਨੇ ਜਿੱਤ ਲਿਆ। ਰੀਸੈਂਟਲੀ ਇਹਨੇ ਵਿੱਚ ਸਿਟੀ PM ਮੋਦੀ ਹੈਜ਼, PM ਮੋਦੀ ਨੇ ਉਦਘਾਟਨ ਕੀਤਾ, ਕਿਹਦਾ, ਜਗਤ ਗੁਰੂ ਸ਼੍ਰੀ ਸ਼ਾਂਤ ਤੁਕਾਰਾਮ ਮਹਾਰਾਜ ਜ਼ਿਲ੍ਹਾ ਮੰਦਿਰ ਦਾ ਉਦਘਾਟਨ ਕੀਤਾ ਬੱਚੋ ਇਹਨਾਂ ਨੇ। ਇਹ ਉਦਘਾਟਨ ਕਿੱਥੇ ਕੀਤਾ ਗਿਆ ਹੈਗਾ, ਤਾਂ ਇਹ ਉਦਘਾਟਨ ਕੀਤਾ ਗਿਆ ਪੂਨੇ। ਇਹਨਾਂ ਨੇ ਬਹੁਤ ਮਤਲਬ ਆਪ ਦੇ ਵਿੱਚ ਯੋਗਦਾਨ ਪਾਇਆ ਸੀ ਹਿੰਦੂ ਧਰਮ ਦੇ ਵਿੱਚ ਵਿਕਸਿਤ ਕਰਨ ਵਾਸਤੇ, ਠੀਕ ਹੈ ਜੀ, ਤਾਂ ਕਰਕੇ ਇਹਨਾਂ ਦਾ ਨਾਮ ਵਧੀਆ ਮਸ਼ਹੂਰ ਹੈਗਾ। ਕਹਿੰਦੇ ਇਸ ਤੋਂ ਬਾਅਦ ਹਾਲ ਹੀ ਦੇ ਵਿੱਚ ਕਿਸ ਨੂੰ ਅਮਰੀਕੀ ਰਾਸ਼ਟਰਪਤੀ ਜੋਏ ਬਿਡਨ ਦਾ ਵਿਗਿਆਨ ਸਲਾਹਕਾਰ ਨਿਯੁਕਤ ਕੀਤਾ ਗਿਆ ਹੈਗਾ, ਸਾਇੰਸ ਐਡਵਾਈਜ਼ਰ ਟੂ ਦਾ US ਪ੍ਰੈਜੀਡੈਂਟ ਜੋਏ ਬਿਡਨ। ਇਹ ਪ੍ਰੈਸ਼ਰ ਤੁਹਾਨੂੰ 101% ਮਿਲੂਗਾ ਪੇਪਰ ਦੇ ਵਿੱਚ, ਆ ਜਿਹੜਾ 101% ਕਹਿੰਦਾ ਉਹਦਾ ਇੱਕ ਨੰਬਰ ਪੱਕਾ ਮੰਨ ਲਿਆ ਕਰੋ, ਠੀਕ ਹੈ ਜੀ। ਤਾਂ ਦੱਸੋ ਕਹਿੰਦੇ ਕਿਹੜਾ ਹੋ ਸਕਦਾ ਉਹਨਾਂ ਦੇ ਵਿੱਚੋਂ, ਅਤੇ ਤੁਹਾਨੂੰ ਇੱਕ ਗੱਲ ਨਾ ਲੱਗਦੀ ਹੋ, ਪੰਜਾਬੀ ਦੇ ਨਾਲ ਹੀ ਲੱਗਦੇ ਜੇ ਆਪਾਂ ਨਾਂ ਲਾ ਦਈਏ ਨੰਬਰ ਆਪਸ਼ਨ ਆਰਤੀ, ਆਰਤੀ ਪ੍ਰਭਾਵਕਰ। ਇਹ ਪ੍ਰਸ਼ਨ ਹੁਣ 200% ਬਣ ਜਾਂਦਾ ਕਿਉਂਕਿ ਇਹ ਇੰਡੀਅਨ ਮੂਲ ਦੀ ਹੈ, ਅਤੇ ਇੰਡੀਅਨ ਮੂਲ ਵਾਲੇ ਪ੍ਰਸ਼ਨ ਆਪਾਂ ਨੂੰ ਪੇਪਰ ਦੇ ਵਿੱਚ ਆਈ ਵਾਰ ਪੁੱਛਦੇ ਆ, ਅਤੇ ਸਾਰਾ ਕੁਝ ਤੁਹਾਡੇ ਸਾਹਮਣੇ ਪਹਿਲਾਂ ਹੋ ਕੇ ਵੀ ਗਿਆ ਜੀ, 63 ਸਾਲ ਦੀ ਉਮਰ ਹੈਗੀ, ਠੀਕ ਹੈ ਜੀ। ਅਤੇ ਇਹਨਾਂ ਤੋਂ ਪਹਿਲਾਂ ਕਿਹੜੇ ਹੁੰਦੇ ਸੀ, ਰਿਕ ਲੈਂਡਰ, ਇਹਨਾਂ ਤੋਂ ਪਹਿਲਾਂ ਰਿਕ ਲੈਂਡਰ ਹੁੰਦੇ ਸੀ। ਰੀਸੈਂਟਲੀ ਵਿੱਚ ਵੈੱਬ ਬਰਾਊਜ਼ਰ, ਵੈੱਬ ਬਰਾਊਜ਼ਰ ਕਿਹੜਾ ਹੁੰਦਾ ਜਿਹਦੇ ਵਿੱਚ ਆਪਾਂ ਕੋਈ ਚੀਜ਼ ਖੋਲ੍ਹਦੇ, ਜਿਵੇਂ ਗੂਗਲ ਕਰੋਮ ਹੋ ਗਿਆ, ਉਹਨੂੰ ਵੈੱਬ ਬਰਾਊਜ਼ਰ ਕਹਿ ਦਿੰਦੇ ਆ। ਇਹਨੂੰ ਰਿਟਾਇਰ ਕਰਤਾ 27 ਸਾਲਾਂ ਦੀ ਸਰਵਿਸ ਲੈਣ ਤੋਂ ਬਾਅਦ, ਤਾਂ ਇਹ ਬਰਾਊਜ਼ਰ ਦਾ ਕੀ ਨਾਮ ਆ ਬੱਚਿਓ, ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ, ਇਹਦਾ ਹੈਗਾ ਗਾ ਇੰਟਰਨੈਟ ਐਕਸਪਲੋਰਰ। ਇਹਦਾ ਪਹਿਲਾਂ ਵੀ ਇੱਕ ਵਾਰੀ ਪੇਪਰ 'ਚ ਰਿਪੀਟ ਹੋਇਆ ਵਾ, ਉਦੋਂ ਇਹ ਕਰਨਾ ਸੀ ਇਹਨਾਂ ਨੇ ਰਿਟਾਇਰ, ਅਤੇ ਹੁਣ ਕਰ ਚੁੱਕੇ ਆ, ਠੀਕ ਹੈ, ਤਾਂ ਕਰਕੇ ਪ੍ਰਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ। ਅਤੇ ਮਾਈਕਰੋਸੋਫਟ 1975 ਦੇ ਵਿੱਚ ਬਣਿਆ ਸੀ, ਸੱਤੇ ਨਡੇਲਿਆ ਦਾ CEO 1995 ਵਿੱਚ ਇਹ ਬਰਾਊਜ਼ਰ ਬਣਾਇਆ ਗਿਆ ਸੀ ਜਿਹਦੀ ਆਪਾਂ ਹੁਣ ਗੱਲ ਕਰਦੇ ਹਾਂ, 27 ਸਾਲਾਂ ਬਾਅਦ ਇਹ ਰਿਟਾਇਰ ਕਰਤਾ। ਕਹਿੰਦੇ ਰਾਮਸੇ ਹੰਟ ਸਿੰਡਰੋਮ ਦਾ ਪਤਾ ਲੱਗਿਆ ਹੈ, ਇਹ ਕੀ ਚੀਜ਼ ਹੈ ਬੱਚੋ, ਰਾਮਸੇ ਹੰਟ ਸਿੰਡਰੋਮ, ਇਹ ਨਾ ਇੱਕ ਮਤਲਬ ਅੰਦਰਾਂਗਾਂ ਵਰਗੀ ਬਿਮਾਰੀ ਹੈ ਜਿਹਦੇ ਕਾਰਨ ਬੰਦੇ ਦਾ ਇੱਕ ਮੂੰਹ ਬੀਂਗਾ ਜਿਹਾ ਹੋ ਜਾਂਦਾ, ਜਿਵੇਂ ਦਰੰਗਾਂ ਵਾਲਾ ਬੰਦਾ ਨਹੀਂ ਹੋ ਜਾਂਦਾ, ਉਹੀ ਚੀਜ਼ ਹੈ ਪੈਰਾਲਾਈਸਿਸ, ਉਹ ਚੀਜ਼ ਨੂੰ ਕਹਿ ਦਿੰਦੇ ਆ ਇਹ, ਠੀਕ ਹੈ ਜੀ। ਰਾਮਸੇ ਹੰਟ ਸਿੰਡਰੋਮ ਦਾ ਪਤਾ ਲੱਗਿਆ, ਕਿਹੜੇ ਗਾਇਕ ਨੂੰ ਪਤਾ ਲੱਗਿਆ ਦਾ, ਇਹ ਹੈ ਜਸਟਿਨ ਬੀਬਰ। ਜਸਟਿਨ ਬੀਬਰ ਦੇ ਅੱਜ ਦੇ ਹਾਲਾਤ ਦੇਖੋਗੇ, ਉਹਦਾ ਮੂੰਹ ਬੀਂਗਾ ਹੋ ਗਿਆ ਵਿਚਾਰੇ ਦਾ, ਠੀਕ ਹੈ, ਤਾਂ ਕਰਕੇ ਇਹਦਾ ਸਟਰੋਮ ਦਾ ਉਹ ਤੋਂ ਪਤਾ ਲੱਗਿਆ, ਜਿਹਦੇ 'ਚ ਆਪਣੀ ਗਲ ਦੇ ਨਾਲ ਇੱਕ ਕੰਨ ਨਾਲ ਇੱਕ ਨਾੜੀ ਆਉਂਦੀ ਹੁੰਦੀ ਹੈ, ਉਹ ਪ੍ਰੈਸ ਹੋ ਜਾਂਦੀ, ਸਮਝ ਲਓ ਇੱਕ ਤਰ੍ਹਾਂ ਬਲੌਕ ਹੋ ਜਾਂਦੀ ਹੈ, ਤਾਂ ਉਦੋਂ ਇਹ ਪ੍ਰੋਬਲਮ ਆ ਜਾਂਦੀ ਹੈ। ਇਸ ਤੋਂ ਬਾਅਦ ਕਿਹੜਾ ਦੇਸ਼ ਸਾਊਦੀ ਅਰਬ ਨੂੰ ਪਛਾੜ ਕੇ ਭਾਰਤ ਤੋਂ ਦੂਜਾ ਸਭ ਤੋਂ ਵੱਡਾ ਤੇਲ ਸਪਲਾਈਰ ਬਣ ਗਿਆ, ਕਿਹੜਾ ਬਣ ਗਿਆ, ਇਹ ਬਣ ਗਿਆ ਰੂਸ, ਰੂਸ ਸਭ ਤੋਂ ਵੱਡਾ ਤੇਲ ਸਪਲਾਈਰ ਬਣ ਗਿਆ ਭਾਈ, ਠੀਕ ਹੈ ਜੀ। ਕਿ ਸਭ ਤੋਂ ਪਹਿਲਾਂ ਕਿਹੜਾ, ਸਭ ਤੋਂ ਪਹਿਲਾਂ ਆਪਾਂ ਨੂੰ ਕਿਹੜਾ ਕਰਦਾ ਗਾ, ਇਰਾਕ, ਅੱਗੇ ਦੂਸਰੇ ਨੰਬਰ 'ਤੇ ਹੁੰਦਾ ਸੀ ਸਾਊਦੀ ਅਰੇਬੀਆ, ਪਰ ਇਸ ਵਾਰ ਕਿਹੜਾ ਆ ਗਿਆ, ਰਸੀਆ ਆ ਗਿਆ, ਰਸੀਆ, ਰਸ਼ੀਆ ਨੂੰ ਰੂਸ ਕਹਿ ਦਿੰਦੇ ਆ, ਨੰਬਰ 3 'ਤੇ ਆ ਗਿਆ ਸਾਊਦੀ ਅਰੇਬੀਆ, ਇਹ ਆਪਾਂ ਨੂੰ ਵੱਧ ਕਰਕੇ ਐਤਕੀ, ਠੀਕ ਹੈ, ਆਹ ਲਿਖਿਆ ਹੋਇਆ ਨਾਲ ਦੇਖ ਲਿਓ। ਇੰਟਰਨੈਸ਼ਨਲ ਡੇ ਆਫ ਦਾ ਫੈਮਿਲੀ ਰੈਮੀਟੈਂਸ, ਪਰਿਵਾਰਕ ਪੈਸੇ ਭੇਜਣ ਲਈ ਅੰਤਰਰਾਸ਼ਟਰੀ ਦਿਵਸ ਕਿਸ ਨੂੰ, ਕਿਸ ਦਿਨ ਮਨਾਇਆ ਜਾਂਦਾ। ਦੇਖੋ, ਤੁਹਾਨੂੰ ਪਤਾ ਕਿ ਬਹੁਤ ਲੋਕ ਆਪਣੇ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਆ, ਧਰਤੀ ਦੇ ਕੋਨੇ ਕੋਨੇ 'ਤੇ ਬੈਠੇ ਆ, ਜਿਹੜੇ ਕਿ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ, ਉਹਨੂੰ ਰੁਪਈਏ ਭੇਜਦੇ ਆ, ਠੀਕ ਹੈ ਜੀ। ਤਾਂ ਉਹਨਾਂ ਵਾਸਤੇ, ਉਹਨਾਂ ਨੂੰ ਹੌਂਸਲਾ ਦੇਣ ਵਾਸਤੇ ਇੱਕ ਦਿਨ ਮਨਾਇਆ ਜਾਂਦਾ, ਉਹ ਦਿਨ ਹੈਗਾ ਗਾ 16 ਜੂਨ। ਅਤੇ ਥੀਮ ਜ਼ਰੂਰ ਯਾਦ ਰੱਖ ਲਿਓ, ਰਿਕਵਰੀ ਐਂਡ ਰੈਜੀਲੈਂਸ ਥਰੂ ਡਿਜੀਟਲ ਐਂਡ ਫਾਈਨੈਂਸ਼ੀਅਲ ਇਨਕਲੂਜ਼ਨ। ਰੀਸੈਂਟਲੀ ਗਵਰਨਮੈਂਟ ਆਫ ਇੰਡੀਆ ਨੇ ਅਨਾਊਂਸ ਕਰ ਦਿੱਤਾ, ਠੀਕ ਹੈ ਜੀ, ਕਿ ਭਾਰਤ ਦੇ ਵਿੱਚ 5G ਸਰਵਿਸ ਆਜੂਗੀ ਹੁਣ ਆਪਣੇ, ਹੁਣ ਆਪਣੇ 4G ਚੱਲ ਰਿਹਾ ਹੈਗਾ, ਇਸ ਤੋਂ ਪਹਿਲਾਂ 3G ਚੱਲਦਾ ਹੁੰਦਾ ਸੀ, 5G ਸਰਵਿਸ ਆਜੂਗੀ ਨਾ, ਜਿਹੜੀ 5G ਸਰਵਿਸ ਹੈ ਕਦੋਂ ਤੱਕ ਆਜੂਗੀ, ਇਹ ਤਾਂ ਤੁਹਾਨੂੰ ਪਤਾ ਹੀ ਹੈਗਾ, 4G ਆਈ ਪਈ ਹੈ, 2023 ਤੱਕ ਆਜੂਗੀ, ਸਾਡੇ ਤਾਂ ਹਜੇ ਵੀ ਰੇਂਜ ਨਹੀਂ ਆਉਂਦੀ 4G ਦੀ, ਪੰਗਾ ਹੀ ਹੈ। ਚਲੋ ਚੱਲਦੇ ਹਾਂ ਬੱਚੋ ਅਗਲੇ 'ਤੇ, ਰਾਤ ਦੇ ਨਾ
ਕਿੰਨੇ ਵਜੇ ਪਏ ਆ? 12 ਵਜੇ ਪਏ ਰਾਤ ਨੂੰ, ਨੀਂਦ ਆਉਣ ਲੱਗ ਜਾਂਦੀ ਵਿੱਚ ਦੇ ਨਾ, ਮੈਂ ਥੋੜ੍ਹੀ ਵੀਡੀਓ ਰੋਕ ਕੇ ਕੁਛ ਖਾ ਪੀ ਲੈਂਦਾ ਹੁੰਦਾ, ਅਤੇ ਭੁੱਖ ਬਹੁਤ ਜ਼ਿਆਦਾ ਲੱਗਣ ਲੱਗ ਜਾਂਦੀ ਹੈ, ਕਿਉਂਕਿ ਇੱਕ ਨਾ ਖਾਣਾ ਖੁਣਾ ਰੋਟੀ ਰੋਟੀ ਮੈਂ ਘੱਟ ਹੀ ਖਾਂਦਾ ਗਾ। ਠੀਕ ਹੈ ਬੱਚੋ, ਤਾਂ ਕਰਕੇ ਕਿਸ ਆਪਰੇਸ਼ਨ ਦੇ ਤਹਿਤ ਰੇਲਵੇ ਸੁਰੱਖਿਆ ਬਲ, ਰੇਲਵੇ ਸੁਰੱਖਿਆ ਬਲ ਕੀ ਹੁੰਦਾ? ਆਪਣੀ RPF ਰੇਲਵੇ ਪ੍ਰੋਟੈਕਸ਼ਨ ਫੋਰਸ ਹੈਜ਼ ਰੈਸਕਿਊ 150 ਵੂਮੈਨ BCOM ਦਾ ਵਿਕਟਮ ਆਫ ਹਿਊਮਨ ਟ੍ਰੈਫਿਕਿੰਗ। ਹਿਊਮਨ ਟ੍ਰੈਫਿਕਿੰਗ ਕੀ ਹੁੰਦਾ ਬੱਚੋ? ਸਭ ਤੋਂ ਪਹਿਲੇ ਸਮਝੋ, ਹੁਣ ਆਪਾਂ ਪੜ੍ਹ ਕੇ ਗਏ ਸੀ ਫੰਡਾਮੈਂਟਲ ਰਾਈਟਸ ਨੂੰ ਕਰਵਾ ਕੇ ਗਿਆ ਸੀ, ਬਾਕੀ ਇਸ ਵਾਰ ਤੁਹਾਡੀਆਂ ਐਪ 'ਤੇ ਵੀ ਕਲਾਸਾਂ ਲਾਊਂਗਾ ਮੈਂ ਫੰਡਾਮੈਂਟਲ ਰਾਈਟਸ ਦੀਆਂ, ਅਤੇ ਇੰਪੋਰਟੈਂਟ ਇੰਪੋਰਟੈਂਟ ਟਾਈਪਿਕ ਤੁਹਾਡੇ ਨਾਲ ਮੈਂ ਯੂਟਿਊਬ 'ਤੇ ਵੀ ਡਿਸਕਸ ਕਰੂੰਗਾ। ਠੀਕ ਹੈ ਜੀ, ਅਤੇ ਉਹਦੇ ਵਿੱਚ ਤੁਹਾਨੂੰ ਪੋਲਟੀ ਦੇ ਵਿੱਚ ਇੰਨੀ ਜ਼ਿਆਦਾ ਜਾਣਕਾਰੀ ਹੋ ਜੂਗੀ ਕਿ ਪੋਲਟੀ ਦੇ ਵਿੱਚ ਤੁਹਾਨੂੰ ਕਿੱਥੋਂ ਮਰਜ਼ੀ ਕੋਈ ਪ੍ਰਸ਼ਨ ਪਾ ਲਏ ਅਤੇ ਤੁਸੀਂ ਮਾਰ ਨਹੀਂ ਖਾ ਕੇ ਆਉਂਗੇ, ਪੇਪਰ ਦੇ ਵਿੱਚ ਤੁਹਾਡੇ ਨਾਲ ਵਾਅਦਾ ਰਿਹਾ ਆਪਣਾ। ਠੀਕ ਹੈ ਜੀ, ਹੁਣ ਦੇਖੋ ਬੱਚੋ, ਫੰਡਾਮੈਂਟਲ ਰਾਈਟ ਦੇ ਵਿੱਚ ਹਿਊਮਨ ਟ੍ਰੈਫਿਕਿੰਗ ਕਿਹੜੇ 'ਚ ਆ ਜਾਂਦੀ ਹੈ? ਹਿਊਮਨ ਟ੍ਰੈਫਿਕਿੰਗ ਆਪਣੀ ਆ ਜਾਂਦੀ ਹੈ 23 ਅਤੇ 24 ਦੇ ਵਿੱਚ। 23 ਦੇ ਵਿੱਚ ਤਾਂ ਆ ਜਾਂਦਾ ਜੇ ਕੋਈ ਬੰਦਾ ਹਿਊਮਨ ਟ੍ਰੈਫਿਕਿੰਗ ਕਰਦਾ ਗਾ ਉਹਦੇ 'ਤੇ ਪਰਚਾ ਦਰਜ ਹੋਊਗਾ, ਇਹ ਅਪਰਾਧ ਹੈ। ਆਰਟੀਕਲ 24 ਦੇ ਵਿੱਚ ਪੜ੍ਹਿਆ ਗਿਆ ਸੀ ਕਿ ਆਪਾਂ 14 ਸਾਲ ਤੋਂ ਘੱਟ ਬੱਚਾ ਤੋਂ ਫੈਕਟਰੀ ਦੇ ਵਿੱਚ ਕੰਮ ਨਹੀਂ ਕਰਾ ਸਕਦੇ। ਠੀਕ ਹੈ ਜੀ, ਤਾਂ ਇਹ 23 ਦੇ ਤਹਿਤ ਇਹਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਫੰਡਾਮੈਂਟਲ ਰਾਈਟ ਦੀ ਉਲੰਘਣਾ ਕਰਨ ਦੇ ਕਾਰਨ, ਹੋਰ ਵੀ ਕਈ ਪਰਚੇ ਨਾਲ ਦਰਜ ਕੀਤੇ ਗਏ ਆ। ਅਤੇ ਸੁਪਰੀਮ ਕੋਰਟ ਤਾਂ ਆਰਟੀਕਲ 32 ਦੇ ਤਹਿਤ ਮਾਮਲਾ ਦਰਜ ਕਰਦੀ ਹੈ, ਅਤੇ ਹਾਈ ਕੋਰਟ 226 ਦੇ ਤਹਿਤ ਫੰਡਾਮੈਂਟਲ ਰਾਈਟ ਦੀ ਜੇ ਕੋਈ ਉਲੰਘਣਾ ਕਰਦਾ ਗਾ ਮੁਕੱਦਮਾ ਦਰਜ ਕਰਦੀ ਹੈ। ਤਾਂ ਇਹ ਬੱਚੋ, ਇਹਨਾਂ ਨੇ ਕਿਹੜੀ ਰੇਲਵੇ ਨੇ ਕਿਹੜਾ ਆਪਰੇਸ਼ਨ ਚਲਾਇਆ ਸੀ? ਕਿਉਂਕਿ ਔਰਤਾਂ ਨੂੰ ਵੇਚਣ ਵਾਸਤੇ ਰੇਲ ਗੱਡੀ 'ਚ ਜਦੋਂ ਲੈ ਕੇ ਜਾਂਦੇ ਸਫ਼ਰ, ਤਾਂ ਜੋ ਚੈਕਿੰਗ ਵੇਲੇ ਪੁੱਛਿਆ ਗਿਆ ਤਾਂ ਔਰਤਾਂ ਨੇ ਸੱਚ ਦੱਸਤਾ ਕਿ ਸਾਨੂੰ ਧੱਕੇ ਨਾਲ ਲਿਆਂਦਾ ਜਾ ਰਿਹਾ ਹੈਗਾ। ਤਾਂ ਇਹ ਜਿਹੜੀ ਸਕੀਮ ਚੱਲੀ ਹੈ, ਇਸ ਸਕੀਮ ਦਾ ਤੁਸੀਂ ਨਾਂ ਦੱਸਣਾ ਕਿਹੜਾ ਆਪਰੇਸ਼ਨ ਚਲਾਇਆ ਗਿਆ। ਇਹ ਆਪਰੇਸ਼ਨ ਦਾ ਬਹੁਤ ਫਾਇਦਾ ਹੋਇਆ, ਬਹੁਤ ਜ਼ਿਆਦਾ ਵੱਡੇ ਪੱਧਰ ਦੇ ਵਿੱਚ ਆਪਰੇਸ਼ਨ ਦਾ ਫਾਇਦਾ ਹੋਇਆ, ਜਿਹਦੇ ਕਰਕੇ ਬਹੁਤ ਜਿਹੜੇ ਔਰਤਾਂ ਸੀ ਅਤੇ ਉਹਨਾਂ ਨੂੰ ਆਪਣੇ ਘਰ ਪਹੁੰਚ ਗਈਆਂ। ਤਾਂ ਇਹ ਹੈਗਾ ਆਪਣੀ ਮਹਿਲਾ ਸੁਰੱਖਿਆ, ਤਾਂ ਪੰਜਾਬੀ ਵਿੱਚ ਕਹਾਂਗੇ ਆਪਾਂ ਮਹਿਲਾ ਸੁਰੱਖਿਆ। ਹਾਲ ਹੀ ਦੇ ਵਿੱਚ ਕਰਨਾਟਕ ਲੋਕ ਯੁਕਤ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ? ਵੈਸੇ ਪ੍ਰਸ਼ਨ ਇੰਪੋਰਟੈਂਟ ਹੈ ਨਹੀਂ, ਅਤੇ ਇੰਪੋਰਟੈਂਟ ਹੈ ਵੀ ਹੈ ਕਿਉਂਕਿ ਕੋਈ ਪਤਾ ਨਹੀਂ ਹੈਗਾ ਇਹਨਾਂ ਨੇ ਕਿੱਥੋਂ ਪਾ ਦੇਣ। ਤਾਂ ਇਹਦਾ ਨਾਮ ਹੈਗਾ ਜਸਟਿਨ BS ਪਾਟਲ। ਦੇਖੋ ਜਿਹੜੀ ਗੱਲ ਮੈਂ ਤੁਹਾਨੂੰ ਨਾਲ ਸਮਝਾਉਣੀ ਹੁੰਦੀ ਹੈ ਨਾ ਕਿ ਆਹ ਚੀਜ਼ ਦਾ ਮਤਲਬ ਇਹ ਹੈ, ਚੀਜ਼ ਦੇ ਵਿੱਚ ਇਹ ਹੋਇਆ, ਉਹਦੇ ਨਾਲ ਤਾਂ ਬੰਦੇ ਦੇ ਇੱਕ ਦਿਮਾਗ 'ਚ ਯਾਦ ਰਹੇ। ਵੈਸੇ PDF ਤੋਂ ਪੜ੍ਹ ਲਉਂਗੇ ਤਾਂ ਉਹਦਾ ਕੋਈ ਫਾਇਦਾ ਨਹੀਂ, ਜੇ ਇੱਕ ਵਾਰੀ ਵੀਡੀਓ ਦੇਖ ਕੇ PDF ਤੋਂ ਪੜ੍ਹੋਗੇ ਦੁੱਗਣਾ ਫਾਇਦਾ ਹੋਊਗਾ। ਮੈਨੂੰ ਵੀ ਕੋਈ ਸ਼ੌਂਕ ਨਹੀਂ ਹੈਗਾ ਬੱਚੋ ਭਕਾਈ ਮਾਰਨ ਦਾ, ਮੈਂ ਵੀ ਵੀਡੀਓ ਮੈਂ ਵੀ PDF ਸੈੱਟ ਕੇ ਤੁਹਾਨੂੰ, ਠੀਕ ਹੈ, ਜੇ ਵਿਊ ਲੈਣੇ ਹੋਣਗੇ ਪਾ ਦਿਆ ਕਰੂੰਗਾ ਨਾਲ ਦੇ ਨਾਲ ਕਿ ਭਾਈ PDF ਪਾਇਆ ਪਿਆ, 9 ਵਜੇ PDF ਪੈ ਜੂਗਾ, ਉੱਥੋਂ ਡਾਊਨਲੋਡ ਕਰ ਲਿਓ। ਠੀਕ ਹੈ, ਉਹਦਾ ਕੋਈ ਫਾਇਦਾ ਨਹੀਂ ਹੁੰਦਾ ਬੱਚੋ, ਤੁਹਾਨੂੰ ਇੱਕ ਵਾਰੀ ਵੀਡੀਓ ਜ਼ਰੂਰ ਦੇਖਿਆ ਕਰੋ। ਠੀਕ ਹੈ, ਕਹਿੰਦੇ ਕਿਸ ਸ਼ਹਿਰ ਦੇ ਵਿੱਚ ਸਟੀਲ ਸਲੈਗ ਤੋਂ ਬਣੀ ਭਾਰਤ ਦੀ ਪਹਿਲੀ ਸੜਕ ਦਾ ਉਦਘਾਟਨ ਬਣਾਇਆ ਗਿਆ? ਸਟੀਲ ਸਲੈਗ ਕੀ ਹੁੰਦਾ ਗਾ? ਜਿਹੜੀ ਸਟੀਲ ਦੇ ਮੰਗ ਨੇ ਕੂੜਾ ਕਰਕਟ ਜਿਹਾ ਬਚ ਜਾਂਦਾ ਹੁੰਦਾ, ਠੀਕ ਹੈ, ਉਹਦੀ ਵਰਤੋਂ ਕਰਕੇ ਬੱਚੋ ਉਹਨਾਂ ਨੇ ਸੜਕ ਬਣਾਈ ਹੈ ਕਿ ਸਟੀਲ ਦਾ ਜਿਹੜਾ ਕੂੜਾ ਕਰਕਟ ਹੁੰਦਾ ਮਤਲਬ ਪੱਤਰੀਆਂ ਪੁੱਤਰੀਆਂ ਜਾਂ, ਉਹਦੀ ਵਰਤੋਂ ਕਰਕੇ ਸੜਕ ਬਣਾਤੀ ਕਿ ਘੱਟ ਤੋਂ ਘੱਟ ਆਪਾਂ ਕਾਰਬਨ ਦੀ ਵਰਤੋਂ ਕਰਨੀ ਹੈ। ਠੀਕ ਹੈ ਜੀ, ਤਾਂ ਇਹ ਸੜਕ ਦਾ ਉਦਘਾਟਨ ਕੀਤਾ ਗਿਆ ਹੁਣ, ਤਾਂ ਇਹ ਕੀਤਾ ਗਿਆ ਸੂਰਤ ਦੇ ਵਿੱਚ, ਅਤੇ ਸੂਰਤ ਦੇ ਵਿੱਚ ਜਿਸ ਨੂੰ ਯਾਦ ਹੋਵੇ ਤਾਂ 1613 ਦੇ ਵਿੱਚ ਸੂਰਤ ਦੇ ਵਿੱਚ ਅੰਗਰੇਜ਼ਾਂ ਨੇ ਪਹਿਲੀ ਫੈਕਟਰੀ ਲਾਈ ਸੀ, ਤੁਹਾਨੂੰ ਪਤਾ ਗਾ, ਅਤੇ 1616 ਦੇ ਵਿੱਚ ਮੁਸਲੀਪਟਨਮ ਦੇ ਵਿੱਚ ਪਹਿਲੀ ਫੈਕਟਰੀ ਲਾਈ ਸੀ। ਵਟ ਰੈਂਕ ਡਿਡ ਗੌਟ ਇੰਡੀਆ IMD ਵਰਲਡ ਕੰਪੀਟੀਟਿਵ ਇੰਡੈਕਸ 2022? ਕਹਿੰਦੇ ਜਿਹੜੇ ਆਪਣੇ ਕੰਪੀਟੀਟਿਵ ਇੰਡੈਕਸ ਹੈ ਨਾ, ਮਤਲਬ ਕੀ ਹੈ ਦੱਸੋ ਜੀ, ਕੀ ਮਤਲਬ ਹੈ ਇਹਦਾ? ਇਹ ਜਿਹੜੀ IMD ਹੈ ਇਹ ਕਹਿੰਦੀ ਵਰਲਡ ਕੰਪੀਟੀਟਿਵ ਇੰਡੈਕਸ ਦੇ ਵਿੱਚ ਇਹ ਮਤਲਬ ਇਹ ਹੈ ਕਿ ਕਿਹੜੇ ਦੇਸ਼ ਹੈ ਜਿਹੜੇ ਆਪਣੇ ਧਰਤੀ ਦੇ ਵਿੱਚ, ਆਪਣੇ ਕਿਹੜੇ ਦੇਸ਼ ਆ ਸਾਰੀ ਦੁਨੀਆ ਦੇ ਵਿੱਚ ਕਿ ਜਿਹੜੇ ਮਤਲਬ ਕੰਪੀਟੀਸ਼ਨ ਦੇ ਵਿੱਚ ਆ ਸਕਦੇ ਹੈ ਜਾਂ ਕੰਪੀਟੀਸ਼ਨ ਦੇ ਵਿੱਚ ਹੈਗੇ ਆ, ਕਿਸੇ ਵੀ ਚੀਜ਼ ਦੇ ਵਿੱਚ ਲਾ ਲਓ ਕਿ ਕੰਪੀਟੀਸ਼ਨ ਵੱਧ ਤੋਂ ਵੱਧ ਦਿਖਾ ਰਹੇ ਆ ਉਹ ਦੇਸ਼, ਖੇਡਾਂ 'ਚ ਲਾ ਲਓ, ਗਾਇਕੀ 'ਚ ਲਾ ਲਓ, ਕਿਸੇ ਵੀ ਮਰਜ਼ੀ ਖੇਤਰ 'ਚ ਲਾ ਲਓ, ਤਾਂ ਉਸ ਹਿਸਾਬ ਦੇ ਲਿਸਟ ਕੱਢੀਆਂ ਕਿ ਭਾਰਤ ਨੂੰ ਕਿੰਨਾ ਦਰਜਾ ਮਿਲਿਆ ਵਜੋਂ, ਭਾਰਤ 37ਵੇਂ ਨੰਬਰ 'ਤੇ ਆਇਆ ਹੈਗਾ ਕੰਪੀਟੀਟਿਵ ਇੰਡੈਕਸ ਦੇ ਵਿੱਚੋਂ, ਕਿ ਜੇ ਕਿਸੇ ਨਾਲ ਕਿਸੇ ਪ੍ਰਤੀਯੋਗਤਾ ਦੇ ਵਿੱਚ ਆਪਾਂ ਹਿੱਸਾ ਲੈਂਦੇ, ਕਿਸੇ ਮੁਕਾਬਲੇ ਦੇ ਵਿੱਚ ਹਿੱਸਾ ਲੈਂਦੇ ਹਾਂ, ਉਸ ਹਿਸਾਬ 'ਤੇ ਆਪਣਾ 37ਵਾਂ ਸਥਾਨ ਹੈਗਾ। ਤਾਂ ਇੱਥੇ 37 ਭਾਰਤ ਦਾ ਨਾਂ ਯਾਦ ਕਰਨੀ ਕਰਨਾ, ਇਸ ਤੋਂ ਪਹਿਲਾਂ 2-3 ਜ਼ਰੂਰ ਯਾਦ ਕਰ ਲਿਓ। ਪਹਿਲ ਨੰਬਰ 'ਤੇ ਸਭ ਤੋਂ ਜ਼ਿਆਦਾ ਕੰਪੀਟੀਟਿਵ ਦੇ ਵਿੱਚ ਆਇਆ ਹੈਗਾ ਆਪਣਾ ਡੈਨਮਾਰਕ, ਦੂਜੇ 'ਤੇ ਸਵਿਜ਼ਰਲੈਂਡ, ਤੀਜੇ 'ਤੇ ਸਿੰਗਾਪੁਰ, ਚੌਥੇ 'ਤੇ ਸਵੀਡਨ, ਵੈਸੇ 3 ਕੀ ਯਾਦ ਕਰ ਲਿਓ ਬਹੁਤ ਹੈ, ਅਤੇ 5ਵੇਂ 'ਤੇ ਆਇਆ ਆਪਣਾ ਹਾਂਗਕਾਂਗ।
ਰੀਸੈਂਟਲੀ ਵਿੱਚ ਕੰਟਰੀ ਅਪੇਡਾ ਹੈਜ਼ ਔਰਗਨਾਈਜੇਸ਼ਨ ਮੈਂਗੋ ਫੈਸਟੀਵਲ, ਕਹਿੰਦੇ ਕਿਸ ਦੇਸ਼ ਵਿੱਚ ਅਪੇਡਾ ਨੇ ਮੈਂਗੋ ਫੈਸਟੀਵਲ ਦਾ ਆਯੋਜਨ ਕੀਤਾ ਗਾ, ਦੱਸੋ ਜੀ। ਹੁਣ ਮੈਨੂੰ ਤਾਂ ਲੱਗਦਾ ਤੁਹਾਨੂੰ ਅੱਧ ਤੋਂ ਵੱਧ ਨੂੰ ਤਾਂ ਇਹ ਨਹੀਂ ਪਤਾ ਹੋਣਾ ਕਿ ਅਪੇਡਾ ਹੈ ਕੀ, ਠੀਕ ਹੈ ਜੀ। ਇਹ 'ਚ ਕੋਈ ਚੱਕਰ ਵਾਲੀ ਗੱਲ ਨਹੀਂ, ਜੇ ਤੁਹਾਨੂੰ ਨਹੀਂ ਪਤਾ ਤਾਂ ਐਡੀ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ। ਚਲੋ ਵੈਸੇ ਆਪਣਾ ਹੱਕ ਹੈਗਾ ਸਮਝਾਉਣ ਦਾ, ਆਪਾਂ ਬੈਠੇ ਕਾਹਦੇ ਵਾਸਤੇ ਹਾਂ, ਠੀਕ ਹੈ। ਤਾਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇਹ ਗੱਲ ਕਰਨੀ ਕਿ ਜਿਹੜਾ ਇਹ ਦਿਨ ਮਨਾਇਆ ਗਿਆ ਹੈਗਾ, ਇਹ ਦਿਨ ਮਨਾਇਆ ਕਿੱਥੇ ਗਿਆ ਹੈਗਾ, ਦੱਸੋ ਜੀ ਕਿੱਥੇ ਮਨਾਇਆ ਗਿਆ। ਚਾਰ ਆਪਸ਼ਨ ਤੁਹਾਡੇ ਸਾਹਮਣੇ, ਓਮਾਨ, ਇੱਕ ਮਿੰਟ ਰਾਜੇ, ਤਾਂ ਇਹ ਦਿਨ ਮਨਾਇਆ ਗਿਆ ਬੱਚੋ ਆਪਣਾ ਬਹਿਰੀਨ ਦੇ ਵਿੱਚ, ਠੀਕ ਹੈ ਜੀ। ਕਿੱਥੇ ਮਨਾਇਆ ਗਿਆ, ਬਹਿਰੀਨ ਦੇ ਵਿੱਚ। ਹੁਣ ਅਪੇਡਾ ਦੀ ਫੁੱਲ ਫਾਰਮ ਦੱਸੋ ਕੀ ਹੁੰਦੀ ਹੈ, ਲਿਖ ਲਓ, ਐਗਰੀਕਲਚਰ ਮੇਰਾ ਸਪੈਲਿੰਗ ਦੂਸਰੂ ਪਾ ਦਿੰਦਾ, ਜੁੜਮੇ ਜੋ ਫਿਰ ਦਿੰਦੇ ਨਹੀਂ, ਪ੍ਰੋਸੀਜਰ ਫੂਡ ਪ੍ਰੋਡਕਟਸ ਐਕਸਪੋਰਟ ਡਿਵਲਪਮੈਂਟ ਅਥਾਰਟੀ। ਅਥਾਰਟੀ ਤੁਹਾਨੂੰ ਪਤਾ ਹੀ, ਅਥਾਰਟੀ ਵੀ ਨਹੀਂ ਹੁੰਦੀ, ਜ਼ਿੰਮੇਵਾਰੀ ਪੰਜਾਬੀ ਦੇ ਵਿੱਚ ਜੇ ਆਪਾਂ ਇਹਦਾ ਮਤਲਬ ਕੱਢੀਏ। ਤਾਂ ਬਹਿਰੀਨ ਦੇ ਵਿੱਚ ਇਹ ਫੈਸਟੀਵਲ ਮਨਾਇਆ ਗਿਆ ਹੈਗਾ, ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ, ਕਹਿੰਦੇ ਹਾਊ ਮੈਨੀ ਕੰਟਰੀ ਹੈਵ ਗਰੁੱਪ, ਕਹਿੰਦੇ ਕਿਹੜੀਆਂ ਕੰਟਰੀਆਂ ਹੈਗੀਆਂ, ਕਿੰਨੀਆਂ ਕੰਟਰੀਆਂ ਜਿਹਨੇ ਗਰੁੱਪ ਬਣਾਇਆ ਗਿਆ, ਨਿਊ ਨੇਸ਼ਨ ਗਰੁੱਪ ਬਣਾਇਆ, ਜਿਹਨੂੰ ਆਪਾਂ ਕਹਿੰਦੇ I2 ਅਤੇ U2। ਕੀ ਮਤਲਬ ਹੈ I2 ਅਤੇ U2 ਦਾ, I2 ਅਤੇ U2 ਦੱਸੋ। I2 ਦਾ ਮਤਲਬ ਹੈਗਾ ਦੋ ਆਈਆਂ, ਇੱਕ ਤਾਂ ਇੰਡੀਆ, ਇੱਕ ਤਾਂ ਇੰਡੋਨੇਸ਼ੀਆ। ਹੋਰ ਦੋ ਆਈਆਂ, ਦੋ ਜੂਆਂ ਦਾ ਕੀ ਮਤਲਬ ਹੈ, UAE ਅਤੇ US ਅਮਰੀਕਾ। ਇਹਨਾਂ ਚਾਰਾਂ ਨੇ ਬੱਚੋ ਆਪਣਾ ਗਰੁੱਪ ਬਣਾਇਆ ਇੱਕ, ਠੀਕ ਹੈ ਜੀ। ਕਿ ਆਪਾਂ ਕੋਈ ਵੀ ਮੁੱਦਾ ਹੋਇਆ ਗੁਰੂ, ਆਪਾਂ ਚਾਰ ਜਣਿਆਂ ਬਹਿ ਕੇ ਸੋਲਵ ਕਰਿਆ ਕਰਾਂਗੇ ਉਹ ਚੀਜ਼ ਨੂੰ, ਤਾਂ ਚਾਰ ਨੰਬਰ ਆਪਸ਼ਨ, ਇਹਦਾ ਚਾਰ ਦੇਸ਼ ਹੈ, ਇੱਕ ਨੰਬਰ ਆਪਸ਼ਨ ਆਨਸਰ ਆਪਣਾ। ਕਹਿੰਦੇ ਵਿੱਚ ਏਅਰਪੋਰਟ BCOM ਦਾ ਫਸਟ ਇਨ ਇੰਡੀਆ ਇੰਟਰੋਡਿਊਸ ਹਾਈਬ੍ਰਿਡ ਪਾਵਰ ਪ੍ਰੋਜੈਕਟ, ਉਹ ਆ ਜਾ ਆ ਜਾ ਆ ਜਾ, ਹਾਈਬ੍ਰਿਡ ਪਾਵਰ ਪ੍ਰੋਜੈਕਟ ਸ਼ੁਰੂ ਕਰਨ ਵਾਲਾ ਭਾਰਤ ਦਾ ਪਹਿਲਾ ਹਵਾਈ ਅੱਡਾ ਕਿਹੜਾ ਬਣ ਗਿਆ, ਪਾਵਰ ਪ੍ਰੋਜੈਕਟ ਕੀ ਹੋ ਗਿਆ, ਹਾਈਬ੍ਰਿਡ ਪਾਵਰ ਪ੍ਰੋਜੈਕਟ ਕੀ, ਸੋਲਰ ਲਾਤਾ ਇੱਥੇ, ਸੋਲਰ 'ਤੇ ਚੱਲਿਆ ਕਰੋ ਸਿਸਟਮ ਇੱਥੇ, ਠੀਕ ਹੈ ਜੀ। ਕਿੱਥੇ ਲਾਤਾ ਬੋਲੋ, ਇਹਦਾ ਕੈਂਪੇਗੌੜਾ ਨੇ ਹੈਦਰਾਬਾਦ ਦੀ ਸਥਾਪਨਾ ਕੀਤੀ ਸੀ, ਠੀਕ ਹੈ ਜੀ। ਕੈਂਪੇਗੌੜਾ, ਜੇ ਕਿਸੇ ਇਤਿਹਾਸ ਪੜ੍ਹਿਓ, ਮੈਂ ਪੜ੍ਹਿਆ ਇਹਦੇ ਬਾਰੇ, ਕੈਂਪੇਗੌੜਾ। ਇਸ ਤੋਂ ਬਾਅਦ ਅਗਲਾ, ਹਾਮਜ਼ਾ ਆਬਦੀ ਬਾਰੇ ਨੂੰ ਅਪੁਆਇੰਟ ਕੀਤਾ ਗਿਆ ਪ੍ਰਾਈਮ ਮਿਨਿਸਟਰ ਕਿਹੜੀ ਕੰਟਰੀ ਦਾ। ਇਹ ਪ੍ਰਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੋਇਆ, ਜਿੱਥੇ ਵੀ ਕੋਈ ਪ੍ਰਾਈਮ ਮਿਨਿਸਟਰ ਰੱਖਿਆ ਹੋਵੇ, ਇਹ ਹੈਗੇ ਆਪਣੇ ਸੋਮਾਲੀਆ ਦੇ, ਠੀਕ ਹੈ ਜੀ। ਸੋਮਾਲੀਆ ਦਾ ਲਾਇਆ ਗਿਆ ਇਹਨਾਂ ਨੂੰ, ਵੈਰੀ 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 ਇੰਪੋਰਟੈਂਟ ਪ੍ਰਸ਼ਨ ਹੈ ਇਹ। ਕਹਿੰਦੇ ਰੀਸੈਂਟਲੀ ਇਨ ਵਿੱਚ ਸਿਟੀ PM ਮੋਦੀ ਨੇ ਉਦਘਾਟਨ ਕੀਤਾ ਗਿਆ ਜੈ ਭੂਸ਼ਣ ਬਿਲਡਿੰਗ ਐਂਡ ਗੈਲਰੀ ਆਫ ਰੈਵੋਲੂਸ਼ਨ ਦੀ ਮਿਊਜ਼ੀਅਮ ਦਾ, ਠੀਕ ਹੈ ਜੀ। ਉਦਘਾਟਨ ਕੀਤਾ ਕਿਸ ਸ਼ਹਿਰ ਦੇ ਵਿੱਚ, ਉਦਘਾਟਨ ਕੀਤਾ ਗਿਆ ਹੈਗਾ, ਤਾਂ ਇਹ ਉਦਘਾਟਨ ਕੀਤਾ ਗਿਆ ਮੁੰਬਈ ਦੇ ਵਿੱਚ, ਇਹ ਉਦਘਾਟਨ ਕੀਤਾ ਗਿਆ ਹੈਗਾ ਮੁੰਬਈ ਦੇ ਵਿੱਚ। ਰੀਸੈਂਟਲੀ ਵਿੱਚ ਕੰਟਰੀ ਹੋਸਟਡ, ਕਹਿੰਦੇ ਰੀਸੈਂਟਲੀ ਕਿਹੜੀ ਕੰਟਰੀ ਨੇ ਹੋਸਟ ਕੀਤਾ ਗਾ 8ਵਾਂ ਗਲੋਬਲ ਕਾਨਫਰੰਸ ਆਫ ਯੰਗ ਪਾਰਲੀਮੈਂਟੇਸ਼ਨ ਟੂ ਐਡਰੈਸ ਕਲਾਈਮੇਟ ਚੇਂਜ, ਜਲਵਾਯੂ ਪਰਿਵਰਤਨ ਨੂੰ ਸੰਬੋਧਿਤ ਕਰਨ ਲਈ ਯੁਵਾ ਸੰਸਦ ਮੈਂਬਰਾਂ ਦੀ 8ਵੀਂ ਕਾਨਫਰੰਸ ਹੋਈ ਹੈ, ਇਹਨੂੰ ਹੋਸਟ ਕਿਹਨੇ ਕੀਤਾ, ਤਾਂ ਇਹਨੂੰ ਹੋਸਟ ਕੀਤਾ ਗਾ ਕਿਹਨੇ ਕੀਤਾ, ਮੇਰੇ ਵੀ ਰੁਲ ਚੁੱਕਿਆ ਇਹਨਾਂ ਦੇ ਵਿੱਚੋਂ, ਮੇਰੇ ਹਿਸਾਬ 'ਤੇ ਇਜਿਪਟ, ਹਾਂ ਇਜਿਪਟ ਨੇ ਕੀਤਾ, ਠੀਕ ਹੈ। ਇਜਿਪਟ ਦੇ ਵਿੱਚ ਸਭ ਤੋਂ ਜ਼ਿਆਦਾ ਪੈਰਾਮਿਡ ਹੈ, ਪੈਰਾਮਿਡ। ਹੁਣ ਤੁਸੀਂ ਪੈਰਾਮਿਡ ਕੀ ਹੁੰਦਾ, ਐਂ ਜੇ ਬਣੇ ਹੋਏ ਆ, ਪੈਰਾਮਿਡ ਕਹਿ ਦਿੰਦੇ ਆ। ਬਾਡ ਡੇ ਟੂ ਕੁੰਬਾਟ ਡਿਜ਼ਰਟੀਫਿਕੇਸ਼ਨ ਐਂਡ ਡਰਾਊਟ ਹੈਜ਼ ਬੀਨ ਓਬਜ਼ਰਵ, ਇਹ ਜਿਹੜਾ ਦਿਨ ਹੈ ਇਹ ਕਿਸ ਤਰੀਕ ਨੂੰ ਮਨਾਇਆ ਜਾਂਦਾ ਬੱਚੋ, ਇਹ ਦਿਨ, ਠੀਕ ਹੈ ਜੀ। ਸੋਕੇ ਨੂੰ ਲੈ ਕੇ ਮਨਾਇਆ ਜਾਂਦਾ ਹੈਗਾ, ਡਰਾਊਟ ਮੇਰੇ ਹੁੰਦਾ ਗਾ, ਡਿਜ਼ਰਟ ਮੇਰੇ ਮਾਰੂਥਲ, ਇਹਦੇ ਮੇਰੇ ਸੋਕਾ, ਠੀਕ ਹੈ ਜੀ। ਮਨਾਇਆ ਜਾਂਦਾ ਇਹ ਦਿਨ ਕਿ ਆਪਾਂ ਨੂੰ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ, ਠੀਕ ਹੈ ਜੀ। 17 June ਨੂੰ ਤੇ ਇਹਦਾ ਥੀਮ ਜ਼ਰੂਰ ਤਿਆਰ ਕਰ ਲਿਓ, ਰਾਈਸਿੰਗ ਅਪ ਫਰੋਮ ਡਰਾਊਟ ਟੂਗੈਦਰ, ਜੇ ਆਪਾਂ ਇਕੱਠੇ ਹੋਵਾਂਗੇ ਤਾਂ ਆਪਾਂ ਸੋਕੇ ਦੇ ਵਿੱਚੋਂ ਬਾਹਰ ਨਿਕਲ ਸਕਦੇ ਹਾਂ। ਰੀਸੈਂਟਲੀ ਅਪੁਆਇੰਟ ਕਰਤਾ ਨਵਾਂ ਪ੍ਰੈਸ ਕੌਂਸਲ ਆਫ ਇੰਡੀਆ, ਵੈਰੀ 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 ਇੰਪੋਰਟੈਂਟ ਆ ਬੱਚੋ, ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ, ਇਹਦੇ 'ਚ ਸਾਨੂੰ ਪ੍ਰਸ਼ਨ 100% ਦੇਖਣ ਨੂੰ ਮਿਲੂਗਾ ਪੇਪਰ ਦੇ ਵਿੱਚ।
ਕਹਿੰਦੇ ਪ੍ਰੈਸ ਕੌਂਸਲ ਆਫ ਇੰਡੀਆ ਦੇ ਨਵੇਂ ਮੁਖੀ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈਗਾ? ਇੰਨੀਆਂ ਆਪਸ਼ਨ ਤੁਹਾਡੇ ਸਾਹਮਣੇ, ਕਿਹਨੂੰ ਕੀਤਾ ਹੋ ਸਕਦਾ ਗਾ ਦੱਸੋ ਜੀ? ਕਿਹੜਾ ਬੰਦਾ ਤੁਹਾਨੂੰ ਲੱਗਦਾ ਜਿਹਨੂੰ ਕਰਿਆ ਹੋਊਗਾ? ਇਹ ਔਰਤ ਹੈ, ਜਸਟਿਸ ਬੀ ਐੱਸ ਪਾਤਲ, ਜਸਟਿਸ ਬੀ ਆਰਚੀਕਰ, ਜਸਟਿਸ ਪੀ ਸੁਪਰੀਮਮ। ਦੱਸੋ ਜੀ ਕਿਹੜਾ ਆਂਸਰ ਆਊਗਾ ਇਹਦਾ? ਤਾਂ ਇਹਦਾ ਆਂਸਰ ਹੈਗਾ ਆਪਣਾ ਜਸਟਿਸ ਰਾਂਝਾਣਾ ਪ੍ਰਕਾਸ਼ ਦੇਸਾਈ। ਠੀਕ ਹੈ ਜੀ, ਇਹਨਾਂ ਦਾ ਨਾਂ ਲਿੱਤਾ ਗਿਆ ਹੈਗਾ। ਠੀਕ ਹੈ ਜੀ, ਵੈਰੀ 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 ਇੰਪੋਰਟੈਂਟ। ਰੀਸੈਂਟਲੀ ਬਟ ਰੈਂਕ ਡੈਡ ਇੰਡੀਆ ਗੋਟ ਇਨ ਕੋਰਸੇਰਾ ਗਲੋਬਲ ਸਕਿੱਲ ਰਿਪੋਰਟ 2022। ਸਕਿੱਲ ਰਿਪੋਰਟ ਕਿਹਦੇ ਵਿੱਚ ਸਭ ਤੋਂ ਜ਼ਿਆਦਾ ਸਕਿੱਲ ਇਹਨਾਂ ਦੇ ਵਿੱਚੋਂ, ਅਤੇ ਇੰਡੀਆ ਨੇ ਕਿਹੜਾ ਸਥਾਨ ਪ੍ਰਾਪਤ ਕੀਤਾ ਕਿ ਇੰਡੀਆ ਦੇ ਵਿੱਚ ਕਿੰਨੀ ਕੁ ਸਕਿੱਲ ਹੈ? ਤਾਂ ਇੰਡੀਆ ਨੇ ਭਾਈ, ਇੰਡੀਆ ਦੇ ਵਿੱਚ ਸਕਿੱਲਾਂ ਸਕੂਲਾਂ ਘੱਟ ਦਿਖਾ ਰਹੇ ਆ, ਤਾਂ ਕਹਿੰਦੇ 68% ਸਕਿੱਲ ਹੈਗੀਆਂ, 68ਵੇਂ ਨੰਬਰ 'ਤੇ ਸਕਿੱਲਾਂ ਦੇ ਵਿੱਚ ਆਪਾਂ। ਪਹਿਲੇ ਨੰਬਰ 'ਤੇ ਸਭ ਤੋਂ ਜ਼ਿਆਦਾ ਸਕਿੱਲਾਂ ਕਿੱਥੇ ਹੈ? ਪਹਿਲਾਂ 67 'ਤੇ ਹੁੰਦੀ ਸੀ, ਇੱਥੇ ਆਪਣਾ ਹੋਰ ਵੀ ਘੱਟ ਗਿਆ, ਸਕਿੱਲਾਂ ਹੋਰ ਵੀ ਗਾਇਬ ਹੋ ਗਈਆਂ ਆਪਣੀਆਂ। ਰੇਲ ਗੱਡੀ ਆ ਗਈ, ਚੜ੍ਹਾ ਦੇ ਰੇਲ ਗੱਡੀ ਤੁਹਾਨੂੰ। ਸਵਿਟਜ਼ਰਲੈਂਡ, ਡੈਨਮਾਰਕ, ਇੰਡੋਨੇਸ਼ੀਆ, ਬੈਲਜੀਅਮ ਇਹ ਯਾਦ ਕਰ ਲਿਓ। ਠੀਕ ਹੈ, ਯੂ ਐੱਸ ਏ ਅਤੇ ਇੰਡੀਆ, ਯੂ ਐੱਸ ਏ ਇੰਡੀਆ ਜ਼ਰੂਰ ਯਾਦ ਕਰ ਲਿਓ, ਤੇਰਾ ਪਹਿਲੇ 3 ਯਾਦ ਕਰ ਲਿਓ। ਠੀਕ ਹੈ, ਗੋਪੀ ਚੰਦ ਨਰੰਗ ਇਹਦੀ ਡੈਥ ਹੋ ਗਈ। ਠੀਕ ਹੈ ਜੀ, ਇਹ ਕੌਣ ਸੀ? ਤਾਂ ਇਹ ਇੱਕ ਉਰਦੂ ਵਿਦਵਾਨ ਸੀ। ਠੀਕ ਹੈ ਜੀ, ਉਰਦੂ ਵਿਦਵਾਨ ਸੀ ਇਹ। ਇਸ ਤੋਂ ਬਾਅਦ ਅਗਲੇ 'ਤੇ, ਕਿਸ ਦੇਸ਼ ਨਾਲ ਹਰਿਆਣਾ ਸਰਕਾਰ ਨੇ ਜਲ ਸਹਿਯੋਗ 'ਤੇ ਇੱਕ ਸੰਯੁਕਤ ਘੋਸ਼ਣਾ ਪੱਤਰ ਦਰਖਾਸਤ ਕੀਤੇ ਹਨ? ਇਹ ਕਹਿੰਦੇ ਭਾਈ ਆਪਾਂ ਜਲ ਜੋੜਾ ਜਿਹੜਾ ਉਹਨੂੰ ਆਪਣੇ ਨੂੰ ਪੂਰੀ ਚੰਗੀ ਤਰ੍ਹਾਂ ਸਾਫ਼ ਸੂਫ ਰੱਖਣਾ ਗਾ, ਤਾਂ ਸਮਝੌਤਾ ਕੀਤਾ ਇਹਨੇ, ਕੀਤਾ ਇਜ਼ਰਾਇਲ ਦੇ ਨਾਲ। ਠੀਕ ਹੈ ਜੀ, ਕਿ ਸਾਨੂੰ ਤੁਸੀਂ ਇਹ ਨਵੇਂ ਨਵੇਂ ਪ੍ਰੋਜੈਕਟ ਲਿਆ ਕੇ ਦਿਓ, ਜਿਹਦੇ ਨਾਲ ਪਾਣੀ ਦੀ ਬੱਚਤ ਹੋ ਸਕੇ ਅਤੇ ਪਾਣੀ ਪੁਰਾਣਾ ਸਾਫ਼ ਹੋ ਸਕੇ। ਹਾਲ ਹੀ ਦੇ ਵਿੱਚ ਕਿਸ ਬੈਂਕ ਨੂੰ IPO ਫਲੋਟ ਕਰਨ ਲਈ SEBI ਨੇ ਮਨਜ਼ੂਰੀ ਦਿੱਤੀ? ਠੀਕ ਹੈ ਜੀ, IBS। ਤਾਂ ਇਹਦੇ ਬਾਰੇ ਤਾਂ ਭਾਈ ਸਾਹਿਬ ਹੁਣ ਮੈਨੂੰ ਵੀ ਨਹੀਂ ਪਤਾ, IPO ਕੀ ਹੁੰਦਾ ਗਾ, ਇਹਦਾ ਮੇਰੇ ਵੀ ਦਿਮਾਗ 'ਚੋਂ ਨਿਕਲਿਆ ਪਿਆ। ਬਸ ਐਂ ਪ੍ਰੈਸ਼ਨ ਲਾ ਲਓ ਕਿ ਇਹ ਤਾਮਿਲਨਾਡੂ ਬੈਂਕ ਨੇ ਦਿੱਤੀ ਹੈ। ਠੀਕ ਹੈ, ਤਾਂ SEBI ਦੀ ਸਥਾਪਨਾ ਜ਼ਰੂਰ ਯਾਦ ਕਰ ਲਓ। SEBI ਦੀ ਸਥਾਪਨਾ 1992 ਦੇ ਵਿੱਚ ਹੋਈ ਸੀ, ਹੈੱਡਕੁਆਟਰ ਇਹਦਾ ਮੁੰਬਈ ਦੇ ਵਿੱਚ ਹੈ, ਚੇਅਰਪਰਸਨ ਇਹਦੀ ਮਾਧਵੀਪੁਰੀ ਹੈ, ਪਹਿਲਾਂ ਤਾਂ ਅਜੇ ਤਿਆਗੀ ਹੁੰਦਾ ਸੀ। ਠੀਕ ਹੈ ਜੀ, ਪਹਿਲਾਂ ਹੁੰਦਾ ਸੀ ਇਹਦਾ ਅਜੇ ਤਿਆਗੀ। ਇੰਡਸਟਰੀਅਲ ਡਿਕਾਰਬੋਨੀਜੇਸ਼ਨ ਸਬਮਿਟ 2022 ਹੈ ਜਿਹੜੀ। ਠੀਕ ਹੈ ਜੀ, ਇਹਦਾ ਉਦਘਾਟਨ ਕਿਹਨੇ ਕੀਤਾ ਗਾ? ਇਹਦਾ ਉਦਘਾਟਨ ਕੀਤਾ ਨਿਤਿਨ ਗਡਕਰੀ ਨੇ, ਇੰਡਸਟਰੀਅਲ ਲਾਉਣ ਦੀ ਗੱਲ ਕੀਤੀ ਹੈ। ਅਤੇ ਇਹਦਾ ਥੀਮ ਕੀ ਹੈਗਾ? ਰੋਡ ਮੈਪ ਆਫ ਕਾਰਬਨ ਨਿਊਟਰੀਅਲ ਬਾਈ 2070। ਕਹਿੰਦੇ 2070 ਤੱਕ ਜਿਹੜੀਆਂ ਵੀ ਅਸੀਂ ਸੜਕਾਂ ਬਣਾਵਾਂਗੇ ਉਹਦੇ ਵਿੱਚ ਅਸੀਂ ਜਮ੍ਹਾਂ ਕਾਰਬਨ ਦੀ ਵਰਤੋਂ ਨਹੀਂ ਕਰਨੀ, ਜਿਵੇਂ ਸਾਨੂੰ ਪਹਿਲਾਂ ਕਰਵਾ ਗਈ ਗਈਆਂ ਸਟੀਲ ਦੀ ਵਰਤੋਂ ਕਰਕੇ ਇਹਨਾਂ ਨੇ ਸੜਕ ਬਣਾਈ ਹੈ। ਥੀਮ ਯੂਜ਼ ਕਰ ਲਓ, ਥੀਮ ਨਹੀਂ ਛੱਡਣਾ ਆਪਾਂ। ਕਹਿੰਦੇ ਹਾਲ ਹੀ ਨੇ ਕਿਸ ਦੇਸ਼ ਨੇ ਭਾਰਤ ਤੋਂ UPI ਭੁਗਤਾਨ, UPI ਪੇਮੈਂਟ ਆਪਾਂ ਕਰਦੇ ਨਹੀਂ ਹੈਗੇ, ਪੇਟੀਐੱਮ ਕਰਤਾ, ਗੂਗਲ ਪੇ ਕਰਤਾ, ਅਤੇ ਜਿਹੜੇ ਰੁਪੀ ਕਾਰਡ ਆ, ਜਿਹਨਾਂ ਕਾਰਡ ਉੱਥੇ ਰੁਪੀ ਲਿਖਿਆ ਹੁੰਦਾ, ਕਾਰਡ ਨੂੰ ਸਵੀਕਾਰ ਕਰਨ ਲਈ ਸਮਝੌਤੇ ਦੇ ਹਸਤਾਖਰ ਕੀਤੇ ਆ, ਤਾਂ ਇਹ ਕਿਤੇ ਆ ਫਰਾਂਸ ਨੇ। ਤਾਂ ਜੇ ਹੁਣ ਆਪਾਂ ਫਰਾਂਸ ਨੂੰ ਕੋਈ ਪੈਸੇ ਪੂਸੇ ਭੇਜਣੇ, ਤੋਂ ਸਿੱਧਾ ਆਪਾਂ ਕੋਈ ਬੰਦਾ ਬੈਠਾ ਫਰਾਂਸ, ਆਪਾਂ ਇੱਥੋਂ ਸੈਂਡ ਕਰ ਸਕਦੇ ਹਾਂ। ਠੀਕ ਹੈ ਜੀ, ਉਹਨੂੰ ਉਹਨਾਂ ਨੇ ਆਪਣਾ UPI ਅਪਣਾ ਲਿਆ। ਇਸ ਤੋਂ ਬਾਅਦ ਰੀਸੈਂਟਲੀ ਹੂ ਵਿਲ ਲੀਡ 37 ਮੈਂਬਰ ਐਥਲੀਟਿਕ ਟੀਮ ਇਨ ਕਾਮਨਵੈਲਥ ਗੇਮ 2022। ਨੀਰਜ ਚੋਪੜਾ, ਇਹ ਪੰਜਾਬੀ 'ਚ ਕਨਵਰਟ ਕਰਨ ਵਾਲਾ ਰਹਿ ਗਿਆ। ਇਹਦੇ 'ਚ ਕੀ ਕਹਿ ਰਹੇ ਨੇ? ਇਹਦੇ ਵਿੱਚ ਐਂ ਕਹਿ ਰਹੇ ਨੇ, ਕਹਿੰਦੀ ਜਿਹੜੀ ਆਪਣੀ ਹੁਣ 2022 ਦੇ ਵਿੱਚ 37 ਮੈਂਬਰੀ ਐਥਲੀਟਿਕ ਕਾਮਨਵੈਲਥ ਗੇਮਾਂ 2022 ਹੋਣੀਆਂ ਹੈਗੀਆਂ। ਠੀਕ ਹੈ ਜੀ, ਇਹਨੂੰ ਲੀਡ ਕੌਣ, ਇਹਨਾਂ ਨੂੰ ਉਹ ਕੌਣ ਕਰੂਗਾ, ਲੀਡ ਕੌਣ ਕਰੂਗਾ? ਤਾਂ ਲੀਡ ਕਰੂਗਾ ਨੀਰਜ ਚੋਪੜਾ। ਠੀਕ ਹੈ ਜੀ, 19 ਇਹਦੇ ਵਿੱਚ ਮਰਦ ਹੋਣਗੇ ਅਤੇ 18 ਔਰਤਾਂ ਹੋਣਗੀਆਂ। ਇਹ ਮੈਚ 28 ਜੁਲਾਈ ਤੋਂ 8 ਜੁਲਾਈ ਤੱਕ ਖੇਡੇ ਜਾਣਗੇ। ਠੀਕ ਹੈ ਜੀ, ਬਹੁਤ ਜ਼ਿਆਦਾ ਇੰਪੋਰਟੈਂਟ ਆਪਰੇਸ਼ਨ ਹੈ। ਦੁਬਾਰੇ ਫਿਰ ਕਹਿਣਾਗਾ ਜੀ ਬੱਚੋ, ਕੋਈ ਵੀ ਚੀਜ਼ ਛੱਡਣ ਦੀ ਕੋਸ਼ਿਸ਼ ਨਹੀਂ ਕਰਨੀ, ਜਿਹੜੀਆਂ ਚੀਜ਼ਾਂ ਮੈਂ ਕਰਵਾ ਰਿਹਾ ਹੈਗਾ ਆਪਦੇ ਚੰਗੀ ਤਰ੍ਹਾਂ ਦਿਮਾਗ ਦੇ ਵਿੱਚ ਤੁਹਾਡੇ ਹੋਣੀਆਂ ਚਾਹੀਦੀਆਂ। ਹਾਲ ਹੀ ਦੇ ਵਿੱਚ ਕਿਸ ਸਟੇਡੀਅਮ ਦੇ ਵਿੱਚ ਪਹਿਲੀ ਵਾਰ ਸਾਈ ਸ਼ਕੈਸ਼ ਕੋਰਸ ਕੋਰਟ ਦਾ ਉਦਘਾਟਨ ਕੀਤਾ ਗਿਆ ਹੈ? ਦੱਸੋ ਜੀ, ਇੰਪੋਰਟੈਂਟ ਆਪਰੇਸ਼ਨ, ਦੱਸਣਾ ਵੀ ਪਊਗਾ। ਠੀਕ ਹੈ ਜੀ, ਤਾਂ ਇਹ ਕਿਹਦੇ ਕੀਤਾ? ਇਹ ਕੀਤਾ ਮੇਜਰ ਧਿਆਨ ਚੰਦ ਸਟੇਡੀਅਮ ਦੇ ਵਿੱਚ। ਕਹਿੰਦੇ ਜਿਹੜੇ ਅਗਨੀਪਥ ਯੋਜਨਾ ਚੱਲੀ ਹੈ, ਤੁਹਾਨੂੰ ਪਤਾ ਕਿ ਅਗਨੀਪਥ ਦੇ ਤਹਿਤ ਜਿਹੜੇ ਭਰਤੀ ਕੀਤੇ ਜਾਂਦੇ ਮੁੰਡੇ, ਉਹਨਾਂ ਨੂੰ ਅਗਨੀਵੀਰ ਕਿਹਾ ਜਾਂਦਾ ਹੈਗਾ, ਅਤੇ ਉਹਨਾਂ ਦੀ ਉਮਰ ਹੱਦ ਪਹਿਲਾਂ 21 ਸਾਲ ਸੀ, ਹੁਣ ਵਧਾ ਕੇ ਕਿੰਨੀ ਕਰਤੀ? ਤਾਂ ਹੁਣ ਵਧਾ ਕੇ ਉਹਨਾਂ ਦੀ ਉਮਰ ਹੱਦ 23 ਸਾਲ ਕਰਤੀ। ਠੀਕ ਹੈ ਜੀ, ਪਹਿਲੇ 21 ਸਾਲ ਹੀ ਸੀ। ਠੀਕ ਹੈ ਜੀ, 17.5 ਤੋਂ 21 ਸਾਲ ਸੀ ਪਹਿਲਾਂ।
17.5 तो 21 साल, तो हूँ 21 साल कट के 23 साल करती। हाल ही के जिसनों श्रीमती वजो ताज दिता गया है क्राउन मिस्टर इंडिया अवार्ड 2022-23, ठीक है जी, श्रीमती ज मिसिज इंडिया अवार्ड 2022 सम्मानित किया गया। यह हैगी अपनी सरगम कौंसल, ठीक है जी, वेरी 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 इंपोर्टेंट ऑपरेशन है। इस तो बाद अगला प्रश्न आ गया, प्रश्न तो भुल के भी छड़ना 200% वाली कैटागरी रख लो। कहते 14वां ब्रिक्स सबमिट कितने हुई है? ब्रिक्स मैंने हमें बी मैंने ब्राजील, आर मैंने रशिया, आर मैंने इंडिया, सी मैंने साउथ अफ्रीक चाइना, तो एस मैंने साउथ अफ्रीका। इन्हों बच्चों 2010 तक इनू कला ब्रिक कहा जाता सी, तो 2010 के अपने जो साउथ अफ्रीका आके लड़ रल गया, ठीक है जी, फिर नाम पै गया ब्रिक्स, ठीक है जी। बहुत ज़्यादा इंपोर्टेंट प्रश्न है, पहली गल तो प्रश्न यही बनूगा कि ब्रिक्स का कैंबा सबमिट होया, तुम्हें कहना 14वां सबमिट होया ब्रिक्स का, कितने होया? बीजिंग दे विच होया, ठीक है जी। जो थीम नहीं भूलना, थीम जरूर याद कर लो, क्योंकि थीम तो प्रश्न आ जाता, पोस्टर हाई क्वालिटी ब्रिक्स पार्टनरशिप अशर इन द न्यू अरा ऑफ द ग्लोबल डेवलपमेंट। ओके, फास्ट टू लॉन्च बालिका पंचायत, बालिका पंचायत शुरू करने वाला पहला किड़ा बनया गया, इन्होंने किड़ा राज बनया जिहड़ा बालिका पंचायत शुरू की है? तो यह बनया गुजरात। बालिका पंचायत का मतलब कि बालिका पंचायत के विच की विच सिस्टम चलाता इन्होंने कि 11 साल तो लेके 21 साल तक ने जिहड़ियां कुड़ियां गईयां उन्होंने पंचायत के विच मैंबर बनाया जाऊगा, जिहदे करके उन्होंने कॉन्फिडेंस आवे कल वो पॉलिटिशियन दे बन या इदा इदा उन्होंने बच्चे बढ़ावा देने वास्ते काम किया गया है, ठीक है जी। इस तो बाद आ गया आइसटेक प्राइड डे, आइसटेक प्राइड डे ये कहते किस दिन मनाया जाता है? ये बच्चों अपनी दिमाग की मैंबरी में लैके मनाया जाता है कि आप मैंबरी के अपने दिमाग के बड़ा बोझ नहीं होना, अपने स्ट्रेस घट लेना चाहिए है, ठीक है जी। तो यह है 18 जून, तो यह थीम जरूर याद रख लियो, इनकलूजन द वर्क स्पेस चैलेंज एंड ओपरचुनिटी इन ए पोस्ट पेंडेमिक वर्ल्ड, कि चैलेंज तो जड़िया मुसीबत ये अपने जीवन के आनगियां रहनियां, कदम अपने घबरा नहीं चाहिए, ठीक है जी, कित आत्महत्या कर लगी डरते। इन स्टेट इंटरनेशनल लिव लिटरेली फेस्टिवल उन्मेश नाँ का जो त्यौहार है किड़े कितने मनाया जाता, कि स्टेट के मनाया जाता है दसो जी? तो यह त्यौहार मनाया जाता अपने हिमाचल प्रदेश के, ठीक है जी। 3 दिन चलिया है, 16 तो 18 जून तक चलिया है, 3 दिन चलता है त्यौहार, ठीक है जी। उन्मेश की भी त्यौहार प्रश्न आ जाता होंगे सीधा। GST कौंसल की 47वीं मीटिंग हुई है, किस शहर के हुई है? ये हुई है अपने श्रीनगर के, ठीक है जी, श्रीनगर के हुई है। तो GST स्टार्ट कदों हुई सी? 1 जुलाई 2017 के, ठीक है जी। बहुत उदों ढूही कुटी से अपनी है ना, रुपये नहीं मिलते होंगे पतंदर रोपण में। तो हाल ही के किस भारतीय अमरीकी अमरीकी राष्ट्रपति द्वारा पेंटागन की एक चोटी के अहदे का नामजद किया गया है, ठीक है जी। एक नूं पूरा तगड़ा अहुदा देता कहदे विच डिफ्टी अंडर सैकटरी ऑफ डिफेंस फ्रॉम एक्विजिशन एंड सस्टेनमेंट के, ठीक है जी, पंजाबी दे जायो। ये इन्हों की मिल गया अहुदा दिता गया है, ये कौन आ बच्चो? ये हैगी अपनी राधा लाइंगर प्लंब, ठीक है जी, भारतीय मूल दी है, तां करके इहदा नाम लिता गया है। ये प्रश्न बहुत ज़्यादा इंपोर्टेंट है। कहिंदे हाल ही दे विच 2022-23 विच सैलूर ओपरेटर एसोसीएशन ऑफ इंडिया COAI नूं कह दिंदे आ, ठीक है जी, 2000 दे चेयरमैन वजो किसनों नियुक्त किया गया? चेयरमैन वजो ये करया गया प्रमोद के मित्तल नूं। इस तो पहला कि होंदे सी? अजय पुरी, बिच कंट्री होस्ट सेफ MM टू कॉमरेट 30 ईयर ऑफ एशियन इंडिया डायलॉग, ठीक है जी। एशियन की फुल फॉर्म किसी पता की होंगी है? एशियन की फुल फॉर्म थाली लिखी भी है, एसोसीएशन ऑफ साउथ ईस्ट एंड एशियन नेशन, हेडक्वार्टर कितने? एशियन का जेकार्टा के जी। ये बच्चे तो 30 साल की याद में मीटिंग रखी है, 30 साल हो गए इन्हों, ठीक है जी, सारे एशियन बने हुए, तो इन्होंने बच्चों एक मीटिंग रखी है, तो यह मीटिंग जी रखी कितने रखी गई है? तो यह मीटिंग रखी इन्होंने इंडिया के। पहली बार नाटो, जो नाटो यदा संबंध फौज नाल प्रश्न आया हुआ है अपने पंजाब पटवारी के,
ਅਤੇ ਨਾਟੋ ਸੰਮੇਲਨ ਦੇ ਵਿੱਚ ਕਿਹੜਾ ਦੇਸ਼ ਹਿੱਸਾ ਲਵੇਗਾ? ਜਪਾਨ ਹਿੱਸਾ ਲਊਗਾ ਬੱਚੋ ਇਹਦੇ ਵਿੱਚ, ਠੀਕ ਹੈ ਜੀ। ਨਾਟੋ ਦੇ ਵਿੱਚ ਕਿਹੜਾ ਹਿੱਸਾ ਲਊਗਾ? ਜਪਾਨ। ਰਾਸ਼ਟਰੀ ਯੋਗਾ ਓਲੰਪੀਅਡ 2022 ਦਾ ਉਦਘਾਟਨ ਕਿਸਨੇ ਕੀਤਾ? ਰਾਸ਼ਟਰੀ ਯੋਗਾ ਓਲੰਪੀਅਡ 2022 ਦਾ ਉਦਘਾਟਨ ਕਿਸਨੇ ਕੀਤਾ? ਤਾਂ ਇਹ ਕੀਤਾ ਆਪਣੇ ਐਜੂਕੇਸ਼ਨ ਮਿਨਿਸਟਰ ਧਰਮਿੰਦਰ ਪ੍ਰਧਾਨ ਨੇ, ਠੀਕ ਹੈ ਜੀ। ਧਰਮਿੰਦਰ ਪ੍ਰਧਾਨ ਨੇ ਕੀਤਾ। ਵੈਰੀ 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 ਇੰਪੋਰਟੈਂਟ ਪ੍ਰਸ਼ਨ ਹੈ ਇਹ ਗੱਲ ਯਾਦ ਰੱਖਣੀ ਹੈ। ਕਹਿੰਦੇ ਹਾਲ ਹੀ ਦੇ ਵਿੱਚ IIC 11 ਮੈਂਬਰੀ ਅੰਪਾਇਰ ਦੇ ਐਲੀਟ ਪੈਨਲ ਵਿੱਚ ਇਕੱਲਾ ਭਾਰਤੀ ਕੌਣ ਰਹੇਗਾ? ਹੂ ਇਜ਼ ਦਾ ਓਨਲੀ ਇੰਡੀਅਨ ਰਿਮੇਨ ICC 11 ਮੈਂਬਰ ਅਲਾਈਟ ਪੈਨਲ ਆਫ ਅੰਪਾਇਰ ਦੇ ਵਿੱਚ? ਇੱਕ ਭਾਰਤੀ ਰਹੂਗਾ ਇਕੱਲਾ, ਇਹਦਾ ਨਾਮ ਹੈਗਾ ਨਿਤਿਨ ਮੇਨਨ ਮੇਮਨ, ਠੀਕ ਹੈ ਜੀ। ਨਿਤਿਨ ਮੇਮਨ। ਆ ਬਾਕੀ ਆਹ ਅਲੀਮ ਪਾਕਿਸਤਾਨ ਦਾ ਗਾ, ਆਹ ਸਾਊਥ ਅਫਰੀਕਾ, ਆਸਟ੍ਰੇਲੀਆ, ਸ਼੍ਰੀਲੰਕਾ, ਇੰਗਲੈਂਡ, ਇੰਗਲੈਂਡ, ਆਸਟ੍ਰੇਲੀਆ, ਇਹਨਾਂ ਯਾਦਕਾਂ ਦੀ ਲੋੜ ਨਿਕਲੇ, ਪੰਜਾਬ ਇੰਡੀਆ ਵਾਲੇ ਦਾ ਨਾਂ ਯਾਦ ਕਰ ਲਿਓ। ਹਾਲ ਹੀ ਦੇ ਵਿੱਚ ਕਿਸ ਦੇਸ਼ ਨੇ ਆਪਣਾ ਤੀਸਰਾ ਮੋਸਟ ਐਡਵਾਂਸ ਏਅਰਕ੍ਰਾਫਟ ਕੈਰੀਅਰ ਜਿਹਦਾ ਨਾਮ ਹੈਗਾ ਗਾ ਫੂਜ਼ੀਆਨ, ਇਹ ਲਾਂਚ ਕੀਤਾ ਗਾ? ਦੱਸੋ। ਚਾਈਨਾ ਨੇ ਕੀਤਾ, ਜਪਾਨ ਨੇ ਕੀਤਾ, ਸਾਊਥ ਕੋਰੀਆ, ਨੌਰਥ ਕੋਰੀਆ? ਜ਼ਿਆਦਾ ਆਨਸਰ ਦੱਸ ਰਿਹਾ ਚਾਈਨੀ ਲਾ ਕੇ ਆਉਣਗੇ, ਕਿਉਂਕਿ ਚਾਈਨੀ ਜ਼ਿਆਦਾ ਇਹੋ ਜਿਹੇ ਕੰਮ ਕਰਦਾ ਗਾ, ਠੀਕ ਹੈ। ਜਹਾਜ਼ਾਂ ਬਣਾ ਲਿਆ ਇਹਨਾਂ ਨੇ, ਪੂਰਾ ਤਕੜਾ ਜਹਾਜ਼ ਆ, ਪੂਰਾ ਮਹਿੰਗਾ, ਇਹਦੇ ਵਿੱਚ ਰੋਟੀ ਪਾਣੀ ਹੈ। ਜਾਣਾ ਤਾਂ 5-7 ਕਿੱਲੇ ਵੇਚ ਕੇ ਤੁਸੀਂ ਜਾ ਸਕਦੇ ਹੋ, ਠੀਕ ਹੈ ਜੀ। 1-2 ਦਿਨ ਉੱਥੇ ਲਾ ਸਕਦੇ ਹੋ, ਮੁੜ ਕੇ ਇੱਥੇ ਨਹੀਂ ਘਰੇ ਬਣ ਦੇਣਾ, ਫਿਰ ਉੱਧਰ ਗੁਰਦੁਆਰੇ 'ਚ ਰਹਿ ਪਿਆਉਂਦੇ ਹੋਏ। ਇੱਥੇ ਆਨਸਰ ਲਿਆਉਣਾ ਬੋਲ ਗਿਆ, ਚਾਈਨਾ ਗਿਆ ਆਨਸਰ ਲਿਖਣਾ, ਟਾਈਪ ਕਰਨ ਵਾਲਾ ਰਹਿ ਗਿਆ ਜੀ, ਹੋਰ ਵੀ ਰਹਿ ਗਿਆ ਟਾਈਪ ਕਰਨ, ਇਹੀ ਰਿਹਾ ਇਕੱਲਾ, ਕਈ ਰਹਿ ਗਏ ਯਾਰ, ਔਰ ਰਹਿ ਗਿਆ ਇੱਕ ਹੋਰ, ਹੈ ਨਾ। ਚਲੋ ਬੱਚੋ ਕੋਈ ਗੱਲ ਨਹੀਂ, ਸੋਰੀ ਯਾਰ। ਰੀਸੈਂਟਲੀ ਵਿੱਚ ਯੂਨੀਵਰਸਿਟੀ ਹੈਜ ਅਨਾਊਂਸ, ਕਿਸ ਯੂਨੀਵਰਸਿਟੀ ਨੇ ਅਗਨੀਵੀਰਾਂ ਲਈ ਵਿਸ਼ੇਸ਼ 3 ਸਾਲਾ ਪ੍ਰੋਗਰਾਮ ਪੇਸ਼ ਕਰਨ ਦਾ ਐਲਾਨ ਕੀਤਾ ਗਾ? ਕਿਹਨੇ ਕੀਤਾ? ਇਹ ਕੀਤਾ ਇਗਨੂ ਨੇ, ਠੀਕ ਹੈ ਜੀ, ਇਗਨੂ ਨੇ ਕੀਤਾ ਗਾ। ਹੂ ਫਲੈਗ ਆਫ ਦਾ ਲਗਜ਼ਰੀ ਟੂਰਿਜ਼ਮ ਕਰੂਜ਼ ਸ਼ਿਪ ਇੰਪ੍ਰੈਸ ਐਟ ਚੇਨਈ ਪੋਰਟ? ਹਾਲ ਹੀ ਦੇ ਵਿੱਚ ਕਿਸਨੇ ਚੇਨਈ ਬੰਦਰਗਾਹ 'ਤੇ ਲਗਜ਼ਰੀ ਟੂਰਿਜ਼ਮ ਕਰੂਜ਼ ਸ਼ਿਪ ਇੰਪ੍ਰੈਸ ਨੂੰ ਹਰੀ ਝੰਡੀ ਦਿੱਤੀ? ਇਹਦੇ ਜਿਵੇਂ ਭਾਈ ਬੜਾ ਨਜ਼ਾਰਾ ਹੈਗਾ, ਇੰਨਾ ਪੈਸਾ ਇਹਦੇ 'ਚ, ਇੰਨਾ ਜੀ ਲੱਗਦਾ, ਇਹਦੇ ਪੱਬ ਕਲੱਬ ਬਣੇ ਹੋਏ ਅੰਦਰ, ਬਸ ਸਿੱਧੀ ਗੱਲ ਹੈਗੀ 3-4 ਕਿੱਲੇ ਵੇਚੇ ਵੇ ਹੁਣ, ਅਤੇ ਜਾ ਕੇ ਉੱਥੇ ਬਹਿਜੀਏ, ਜਹਾਜ਼ 'ਚ ਲਾ ਕੇ ਆਈਏ ਹਫ਼ਤਾ, ਠੀਕ ਹੈ। ਇਹਨੂੰ ਹਰੀ ਝੰਡੀ ਦਿਖਾਈ ਹੈ MK ਸਟਾਲਿਨ। MK ਸਟਾਲਿਨ ਕੌਣ ਹੈ? ਤਾਮਿਲਨਾਡੂ ਦਾ ਮੁੱਖ ਮੰਤਰੀ ਹੈ, ਇਹਨੂੰ ਨਾ ਭੁੱਲੋ ਜੋ ਪਤੰਦਰੋਂ ਨੰਬਰ ਕੱਟੇ ਜਾਣਗੇ। ਪਾਂਡੂ ਤੇ ਤੋਂ ਵਿਸਾਖਾਪਟਨਮ ਤੱਕ ਚੱਲੂਗਾ ਇਹ ਜਹਾਜ਼। ਪਹਿਲੀ ਵਾਰ ਫੀਫਾ ਵਿਸ਼ਵ ਕੱਪ 2026 ਦੀ ਮੇਜ਼ਬਾਨੀ ਕਿੰਨਾਂ ਦੇਸ਼ਾਂ ਦੁਆਰਾ ਕੀਤੀ ਜਾ ਰਹੀ ਹੈ? ਕਿੰਨੇ ਦੇਸ਼ਾਂ ਦੁਆਰਾ ਕੀਤੀ ਜਾ ਰਹੀ ਹੈ? ਇਹ 3 ਦੇਸ਼ਾਂ ਦੁਆਰਾ ਕੀਤੀ ਜਾ ਰਹੀ ਹੈ, ਠੀਕ ਹੈ ਜੀ, ਇਹ ਗੱਲ ਯਾਦ ਰੱਖਣੀ ਹੈ। ਇਹ 3 ਦੇਸ਼ ਕਿਹੜੇ ਕਿਹੜੇ ਆ? ਅਮਰੀਕਾ ਦਾ ਵਿੱਚ ਲੋਸ ਏਂਜਲ, ਕੈਨੇਡਾ ਦੇ ਵਿੱਚ ਟੋਰਾਂਟੋ, ਮੈਕਸੀਕੋ ਦੇ ਵਿੱਚ ਮੈਕਸੀਕੋ ਸਿਟੀ, ਠੀਕ ਹੈ ਜੀ। 2022 ਦੇ ਵਿੱਚ ਫੀਫਾ ਕਿੱਥੇ ਹੋ ਰਿਹਾ? ਕਤਰ ਦੇ ਵਿੱਚ, ਕਤਰ ਕਤਰ ਕਤਰ। ਹਾਂ, ਦੂਸਰੀ ਗੱਲ ਰਹੇਗੀ ਆਪਣੀ ਫੀਫਾ ਦੀ, ਫੀਫਾ ਕਦੋਂ ਸਟੈਬਲਿਸ਼ ਹੋਇਆ ਸੀ? 1904 ਦੇ ਵਿੱਚ ਬਣੀ ਸੀ ਫੀਫਾ, ਯੂਰਕ ਦੇ ਵਿੱਚ ਹੈੱਡਕੁਆਟਰ ਆ ਫੀਫਾ ਦਾ। ਬਾਰਡਰ ਰਿਫੂਜੀ ਡੇ, ਰਿਫੂਜੀ ਡੇ ਕੀ ਹੁੰਦਾ ਬੱਚੋ? ਰਿਫੂਜੀ ਡੇ ਉਹ ਦਿਨ ਹੁੰਦਾ ਕਿ ਮੰਨ ਲਓ ਕਿਸੇ ਥਾਂ 'ਤੇ ਹੜ੍ਹ ਆ ਗਏ, ਕਿਸੇ ਥਾਂ 'ਤੇ ਮਤਲਬ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਗਿਆ, ਜਿੱਥੋਂ ਇੱਕ ਥਾਂ ਤੋਂ ਏਰੀਆ ਛੱਡ ਕੇ ਕਿਸੇ ਨੂੰ ਦੂਜੀ ਥਾਂ 'ਤੇ ਰਹਿਣਾ ਪੈਂਦਾ ਗਾ, ਠੀਕ ਹੈ ਜੀ, ਉਹਨੂੰ ਆਪਾਂ ਰਿਫੂਜੀ ਕਹਿ ਦਿੰਦੇ। ਤਾਂ ਇਹਨਾਂ ਵਾਸਤੇ ਇਹ ਆਪਦਾ ਬਹੁਤ ਕੁਝ ਵਿਚਾਰੇ ਛੱਡ ਸੁੱਟ ਕੇ ਆਉਂਦੇ ਪਿੱਛੇ, ਠੀਕ ਹੈ ਜੀ। ਤਾਂ ਇਹ ਬਣਾਇਆ ਜਾਂਦਾ 20 ਜੂਨ ਨੂੰ, 20 ਜੂਨ ਨੂੰ, ਅਤੇ ਥੀਮ ਜ਼ਰੂਰ ਯਾਦ ਰੱਖਣਾ, ਰਿਫੂਜੀਆਂ ਵਾਲਾ ਆਪਰੇਸ਼ਨ ਪੱਕਾ ਹੁੰਦਾ ਹੁੰਦਾ, ਟੂਗੇਦਰ ਵੀ ਹੀਲ ਲਰਨ ਐਂਡ ਸ਼ਾਈਨ। ਕਹਿੰਦੇ ਇਕੁਇਟਾਸ ਸਮਾਲ ਫਾਈਨੈਂਸ ਬੈਂਕ ਦਾ MD ਮੈਨੇਜਿੰਗ ਡਾਇਰੈਕਟਰ ਐਂਡ ਚੀਫ ਐਗਜ਼ੀਕਿਊਟਿਵ ਆਫਿਸਰ ਕਿਸ ਨੂੰ ਨਿਯੁਕਤ ਕਰਤਾ ਇਹਨਾਂ ਨੇ? ਦੱਸੋ ਜੀ, ਇਹ ਨਿਯੁਕਤ ਕਰਤਾ ਆਪਣੇ ਵਾਸੂਦੇਵ PN ਨੂੰ, ਪਹਿਲਾਂ ਵੀ ਇਹੀ ਸੀ, ਰੀਇਲੈਕਟਡ ਹੀ ਕੀਤਾ ਇਹਨੂੰ, ਪਹਿਲਾਂ ਵੀ ਇਹੀ ਸੀ। ਵਿੱਚ ਕੰਟਰੀ ਹੈਜ਼ BCOM ਦਾ ਲਾਰਗੈਸਟ ਇੰਪੋਰਟਰ ਆਫ ਦਾ ਇੰਡੀਅਨ ਬਰੋਕਨ ਰਾਈਸ? ਬਰੋਕਨ ਰਾਈਸ ਕਿਹੜੇ ਹੁੰਦੇ ਆ? ਜਿਹੜੇ ਟੁੱਟ ਜੀ ਨਹੀਂ ਹੁੰਦੀ ਚੌਲਾਂ ਦੀ, ਆਪਣੇ ਘਰੇ ਕਹਿੰਦੇ ਨੇ ਕਿ ਖੀਰ ਬਣਾ ਲਓ ਬੜੀ ਵਧੀਆ ਬਣੂਗੀ, ਚੌਲਾਂ ਦੀ ਟੁੱਟ ਜੀ ਹੁੰਦੀ ਹੈਗੀ, ਹੈ ਨਾ, ਇੱਕ ਚੌਲ ਲੰਮੇ ਲੰਮੇ ਹੁੰਦੇ, ਇੱਕ ਟੁੱਟ ਜੀ ਹੁੰਦੀ ਚੌਲਾਂ ਦੀ। ਤਾਂ ਇਹ ਕਹਿੰਦੇ ਕਿਹੜਾ ਦੇਸ਼ ਖਰੀਦ ਰਿਹਾ ਆਪਣੇ ਚੌਲਾਂ ਦੀ ਟੁੱਟ? ਇਹ ਖਰੀਦ ਰਿਹਾ ਚਾਈਨਾ। ਚਾਈਨਾ ਵਾਲੇ ਕਹਿੰਦੇ ਵੀ ਸਾਨੂੰ ਚੌਲ ਦੇ ਦਿਉ, ਨਾਲ ਤਾਂ ਅਸੀਂ ਇੱਥੇ ਮੋਮਸਾਂ ਦੇ ਵਿੱਚ ਪਾਇਆ ਕਰਾਂਗੇ, ਨਾਲੇ ਅਸੀਂ ਨਿਊਡਲਾਂ ਦੇ ਵਿੱਚ ਪਾਇਆ ਕਰਾਂਗੇ, ਚੌਲ ਹੁਣ ਵੀ ਪੈਂਦੇ ਨਿਊਡਲਾਂ 'ਚ ਚੌਲ, ਅਸੀਂ ਨਿਊਡਲਾਂ 'ਚ ਪਾਇਆ ਕਰਾਂਗੇ, ਨਾਲੇ ਕਹਿੰਦੇ ਜਿਹੜੀ ਸ਼ਰਾਬ ਕਰਦੇ ਹਾਂ ਸ਼ਰਾਬ ਦੇ ਵਿੱਚ ਵੀ ਅਸੀਂ ਚੌਲ ਪਾਉਂਦੇ ਟੁੱਟੇ ਹੋਏ। ਤਾਂ ਸਾਰਾ ਕੁਛ ਭਾਈ ਉਹਨਾਂ ਨੇ ਇੰਨੀ ਵੱਡੀ ਮਾਤਰਾ ਦੇ ਵਿੱਚ ਖਰੀਦ ਲਿਆ ਆਪਾਂ ਤੋਂ, ਅਤੇ ਨਜ਼ਾਰੇ ਲਿਆਤੇ ਆਪਾਂ ਨੂੰ ਇਹਨਾਂ ਨੇ, ਠੀਕ ਹੈ, ਨਜ਼ਾਰੇ ਲਿਆਤੇ। ਚੌਲ, ਖੀਰ ਵਾਲੇ ਚੌਲ ਆ ਜਿਹੜੇ ਟੁੱਟ ਹੁੰਦੀ ਆ, ਉਹ ਖਰੀਦੀ ਇਹਨਾਂ ਨੇ। ਇਹ ਵੱਡੀ ਖਰੀਦਦੇ ਹੁੰਦੇ ਆ, ਇਹ ਵੱਡੇ ਵੱਡੇ ਸੌਦੇ ਕਰਦੇ, ਕਿਤੇ 2-3 ਕਿਲੋ ਲੈ ਕੇ ਉਹਦੇ ਗੱਟਾ ਜਿਹਾ ਲੈ ਕੇ ਖੜ ਜਾਓ, ਚਾਈਨਾ ਵਾਲਿਆਂ ਕੋਲ ਗਿਆ ਗੱਟਾ ਪਿਆ ਸਾਡੇ ਕੋਲ ਚੌਲ ਟੁੱਟ ਦਾ ਲੈ ਲਓ, ਠੀਕ ਹੈ।
ਇਸ ਤੋਂ ਬਾਅਦ ਵਿਸ਼ਵ ਵਪਾਰ ਸੰਗਠਨ, ਠੀਕ ਹੈ ਜੀ, ਵਰਲਡ ਟ੍ਰੇਡ ਔਰਗਨਾਈਜੇਸ਼ਨ BTO, ਠੀਕ ਹੈ ਜੀ, ਨੇ 12ਵੀਂ ਮੰਤਰੀ ਪੱਧਰੀ ਕਾਨਫਰੰਸ ਕਿਸ ਸ਼ਹਿਰ ਵਿੱਚ ਆਯੋਜਿਤ ਕੀਤੀ ਹੈ? ਇਹ ਜਨੇਵਾ ਦੇ ਵਿੱਚ ਕੀਤੀ ਹੈ, ਜਿਵੇਂ ਜਾਂ ਸਵਿਟਜ਼ਰਲੈਂਡ ਦੇ ਵਿੱਚ, ਠੀਕ ਹੈ ਜੀ, ਇਹ ਗੱਲ ਯਾਦ ਰੱਖਣੀ ਹੈ। ਅਤੇ ਹਾਂ, ਇੱਕ ਗੱਲ ਹੋਰ, ਜਿਹੜੀ ਮੀਟਿੰਗ ਹੋਣੀ ਸੀ ਨਾ ਬੱਚੋ, ਪਹਿਲਾਂ ਨੂੰ ਮੀਟਿੰਗ ਨੂੰ ਕੀ ਨੇ, ਕਜ਼ਕਿਸਤਾਨ ਕੀ ਕਰ ਰਿਹਾ ਸੀ, ਹੋਸਟ ਕਰ ਰਿਹਾ ਸੀ, ਉਦੋਂ ਫਿਰ ਕਰੋਨਾ ਆ ਗਿਆ ਵਿੱਚ, ਤਾਂ ਕਰਕੇ ਫਿਰ ਐਤਕੀ ਜਿਹੜਾ ਹੋਣਾ ਸੀ ਦੁਆਗਲੇ ਸਾਲ ਦੇ ਵਿੱਚ, ਪਹਿਲੀ ਦੱਸ ਦਿੰਦੇ ਹੁੰਦੇ ਕਿ ਐਤਕੀ ਜਨੇਵਾ ਦੇ ਵਿੱਚ ਹੋਣਾ ਸੀ, ਤਾਂ ਫਿਰ ਐਤਕੀ ਇਹ ਕੋ ਹੋਸਟਡ ਕਰ ਰਿਹਾ ਹੈਗਾ ਕਜ਼ਕਿਸਤਾਨ, ਦੋਨੇ ਕਰ ਰਹੇ ਆ, ਤਾਂ ਕੱਢਿਆ ਨਹੀਂ ਇਹਨਾਂ ਨੂੰ, ਕਿ ਉਹਦੇ ਨਾਲ ਕਿਹੜੀ ਵਿਚਾਰੀ ਗਲਤੀ ਹੈ ਕੋਈ। ਅਤੇ BTO 1995 ਦੇ ਵਿੱਚ ਸਥਾਪਨਾ ਹੋਈ ਸੀ, 164 ਮੈਂਬਰ ਆ, ਕੰਟਰੀ ਹੋਸਟ ਕਰ ਰਹੀ ਹੈ ਜਨੇਵਾ, ਅਤੇ ਕੋ ਹੋਸਟਡ ਕਰ ਰਹੀ ਹੈ ਕਜ਼ਕਿਸਤਾਨ। ਬੇਫਿਕਰ ਹੋ ਕੇ ਕਰੰਟ ਅਫੇਅਰ ਕਰ ਲਓ ਜਾਂ ਜ਼ਿੰਮੇਦਾਰੀ ਆਪਣੀ, ਠੀਕ ਹੈ ਨਾ। ਵਿੱਚ ਏਅਰਪੋਰਟ ਹੈਜ਼ ਇੰਟਰੋਡਿਊਸ RFID ਨੇਵਲ ਟੈਗ ਬੈਗ ਟਰੈਕਸ ਟੂ ਟਰੈਕ ਚੈੱਕ ਇਨ ਲਗੇਜ। ਹੁਣ ਕਹਿੰਦੇ ਜਦੋਂ ਆਪਾਂ ਕਿਤੇ ਏਅਰਪੋਰਟ 'ਤੇ ਜਾਂਦੇ, ਕਿਤੇ ਵੀ ਜਾਂਦੇ ਹਾਂ, ਤਾਂ ਆਪਾਂ ਨੂੰ ਇੱਕ ਆਹ ਚੀਜ਼ ਦੇ ਦਿੱਤੀ ਇਹਨਾਂ ਨੇ, ਠੀਕ ਹੈ ਜੀ, ਜਿਹਦੇ ਕਰਕੇ ਆਪਣਾ ਸਮਾਨ ਚੈੱਕ ਹੋ ਕੇ ਕਿੱਥੇ ਆ ਰਿਹਾ, ਆਪਾਂ ਨੂੰ ਸਾਰੀ ਡਿਟੇਲ ਬੈਠੇ ਬੈਠੇ ਨੂੰ ਪਤਾ ਲੱਗ ਜਾ ਕਰੂਗੀ, ਇਹ ਕਿੱਥੇ ਕਰਤਾ ਨੇ ਜਗਾਲਮੈਂਟ, ਇਹ ਕਰਤਾ ਦਿੱਲੀ ਏਅਰਪੋਰਟ 'ਤੇ, ਇਹ ਕਰਤਾ ਦਿੱਲੀ ਏਅਰਪੋਰਟ 'ਤੇ, ਜਿਹੜਾ ਆਪਾਂ ਇੰਦਰਾ ਗਾਂਧੀ ਏਅਰਪੋਰਟ ਵੀ ਕਹਿ ਦਿੰਦੇ ਹਾਂ। ਕਹਿੰਦੇ ਰੀਸੈਂਟਲੀ ਭਾਰਤ ਦੇ ਪਹਿਲੇ ਸਰਕਾਰੀ ਡੈਸੀਨੇਸ਼ਨ ਪਲਾਂਟਾਂ ਦਾ ਉਦਘਾਟਨ ਕਿਸ ਸਥਾਨ 'ਤੇ ਕੀਤਾ ਗਿਆ ਹੈਗਾ? ਇਹ ਕੀਤਾ ਗਿਆ ਦਹੇਜ ਦੇ ਵਿੱਚ, ਠੀਕ ਹੈ। ਦਹੇਜ ਕਿੱਥੇ ਹੈ? ਦਹੇਜ ਤੁਹਾਡੇ ਘਰ ਵੀ ਪਿਆ ਹੋਊਗਾ, ਗੁਜਰਾਤ ਦੇ ਵਿੱਚ, ਠੀਕ ਹੈ ਜੀ, ਗੁਜਰਾਤ ਦੇ ਵਿੱਚ ਹੈ, ਸਮੁੰਦਰੀ ਪਾਣੀ ਦੀ ਵਰਤੋਂ ਕਰਕੇ। ਹਾਂ, ਇਹਦੇ ਸੀ ਸੀ ਸਮਝ ਲਓ ਕੀ ਚੀਜ਼ ਹੈ। ਇਹਨਾਂ ਵਿੱਚੋਂ ਪਹਿਲਾਂ ਆਪਣਾ ਲਾਤਾ ਡੈਜ਼ਨੇਸ਼ਨ ਪਲਾਂਟ। ਇਹ ਡੈਜ਼ਨੇਸ਼ਨ ਪਲਾਂਟ ਹੈ ਕੀ ਹੈ? ਦੇਖੋ, ਜੇ ਤਾਂ ਇੱਕ ਫੈਕਟਰੀ ਹੈ, ਇੱਕ ਫੈਕਟਰੀ ਕਿਤੇ ਵੀ ਸਥਾਪਿਤ ਹੁੰਦੀ ਹੈ, ਉਹਨੂੰ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ, ਜਿਹੜਾ ਧਰਤੀ ਦੇ ਥੱਲੋਂ ਨਿਕਲਦਾ ਹੈਗਾ, ਜਿਹਦੇ ਕਰਕੇ ਇੰਨਾ ਪਾਣੀ ਦੀ ਬਰਬਾਦੀ ਹੋ ਜਾਂਦੀ, ਪਾਣੀ ਥੱਲੇ ਦਾ ਘੱਟ, ਮਤਲਬ ਪਾਣੀ ਥੱਲੇ ਦਾ, ਧਰਤੀ ਥੱਲੇ ਪਾਣੀ ਪਹਿਲੀ ਘੱਟ ਹੈ, ਅਤੇ ਸਮੁੰਦਰੀ ਪਾਣੀ ਇਹ ਵਰਤ ਨਹੀਂ ਸਕਦੇ ਕਿਉਂਕਿ ਸਮੁੰਦਰੀ ਪਾਣੀ ਦੇ ਵਿੱਚ ਸੋਲਟ ਜ਼ਿਆਦਾ ਹੁੰਦਾ ਹੈਗਾ। ਤਾਂ ਇਹਨਾਂ ਨੇ ਇੱਕ ਪ੍ਰੋਜੈਕਟ ਲਾਤਾ, ਠੀਕ ਹੈ ਜੀ, ਇਸੇ ਪ੍ਰੋਜੈਕਟ ਦਾ ਹੀ ਆਪਾਂ ਨਾਂ ਰੱਖਿਆ ਗਿਆ ਡਿਸਲਾਈਨੇਸ਼ਨ ਪਲਾਂਟ। ਤਾਂ ਇਹਦੇ ਕਾਰਨ ਕੀ ਹੋਊਗਾ, ਜਿਹੜਾ ਸਮੁੰਦਰ ਦਾ ਪਾਣੀ ਹੋਊਗਾ, ਠੀਕ ਹੈ ਜੀ, ਉਹਨੂੰ ਇਹ ਸਾਫ਼ ਕਰਨਗੇ, ਠੀਕ ਹੈ ਜੀ, ਉਹਨੂੰ ਸਾਫ਼ ਕਰ ਕਰਕੇ, ਮਤਲਬ ਇਹ ਆਪਦੀ ਵਰਤੋਂ ਦੇ ਵਿੱਚ ਲਿਆਉਣਗੇ, ਤਾਂ ਜੋ ਪਾਣੀ ਦੀ ਖਪਤ ਨਾ ਹੋਵੇ, ਸਮੁੰਦਰੀ ਪਾਣੀ ਨੂੰ ਕੋਈ ਬੜਾ ਫਰਕ ਹੀ ਨਹੀਂ ਪੈਂਦਾ, ਠੀਕ ਹੈ ਜੀ। ਤਾਂ ਇਹ ਦਹੇਜ ਦੇ ਵਿੱਚ ਕੀਤਾ ਜਾਊਗਾ, ਇੱਥੇ ਲਾਇਆ ਪਲਾਂਟ ਇਹਨਾਂ ਨੇ ਆਪਦਾ ਪਹਿਲਾਂ। ਹਾਲ ਹੀ ਦੇ ਵਿੱਚ ਕਿਹੜਾ ਫੁੱਟਬਾਲਰ ਜਿਹੜਾ ਵਿਸ਼ਵ ਦਾ 5ਵਾਂ ਸਭ ਤੋਂ ਵੱਧ ਸਕੋਰ ਕਰਨ ਵਾਲਾ ਬਣ ਗਿਆ, ਭਾਰਤੀ ਬਣ ਗਿਆ, ਠੀਕ ਹੈ ਜੀ, ਭਾਰਤੀ ਬਣਿਆ ਆਪਣਾ ਸੁਨੀਲ ਛੇਤਰੀ। ਪਹਿਲ ਨੰਬਰ 'ਤੇ ਕੌਣ ਹੈਗਾ? ਕ੍ਰਿਸਟੋ ਰੋਨਾਲਡੋ, ਇਹ ਪਹਿਲ ਨੰਬਰ 'ਤੇ ਹੈ, ਠੀਕ ਹੈ ਜੀ। ਕ੍ਰਿਸਟੋ ਰੋਨਾਲਡੋ ਹੁਣ ਤੱਕ ਕਹਿੰਦੇ 117 ਗੋਲ ਕੀਤੇ ਆ, ਠੀਕ ਹੈ, ਆਪਣਿਆਂ ਨੇ 84 ਕੀਤੇ ਆ, ਇੰਡੀਅਨ ਫੁੱਟਬਾਲ ਟੀਮ ਦੇ ਕੈਪਟਨ। ਬਸ ਇਹ ਕਰੰਟ ਫਿਰ ਆਪਣੇ ਨਿਬੜ ਕੇ 16 ਮਈ ਤੋਂ ਲੈ ਕੇ 20 ਮਈ ਤੱਕ। ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ 21 ਮਈ ਤੋਂ ਲੈ ਕੇ ਸਿੱਧਾ 30-31 ਮਈ 30 ਕਿੰਨੀ ਹੁੰਦੀ ਹੈ ਉਦੋਂ ਤੱਕ ਕੰਪਲੀਟ ਕਰ ਦਾਂਗੇ। ਉਹ ਮਹੀ ਸੱਚ, ਸੋਰੀ ਯਾਰ ਬੱਚਿਓ, ਮੈਂ ਇਹਨਾਂ ਦਿਮਾਗ ਹਿੱਲਿਆ ਪਿਆ ਹੈਗਾ। 16 ਜੂਨ ਤੋਂ ਲੈ ਕੇ 21 ਜੂਨ ਤੱਕ ਕੀਤੇ ਆਪਾਂ ਇਹ, ਠੀਕ ਹੈ ਜੀ। 16 ਜੂਨ ਮੇਰਾ ਪਹਿਲਾਂ ਵੀ ਮਈ ਕਰੀ ਗਿਆ ਮੈਨੂੰ ਲੱਗਦਾ, ਉੱਤੇ ਕੀ ਲਿਖਿਆ ਵਾ, ਉੱਤੇ ਤਾਂ ਨਹੀਂ ਮਈ ਲਿਖਤਾ, ਗਰਮੀ ਵਾਲੀ ਇੱਕ ਤਾਂ ਪਤਾ ਨਹੀਂ ਲੱਗਦਾ, ਇੱਥੇ ਜੂਨ ਹੀ ਲਿਖਿਆ ਵਾ, ਠੀਕ ਹੈ ਜੀ। PDF ਤਾਂ ਤੁਹਾਨੂੰ ਮਿਲ ਜੂਗਾ। ਧੰਨਵਾਦ।